ਕਦੇ ਬੁਝੀ ਨਹੀਂ ਧਰਮ ਦੀ ਅਮਰ ਜੋਤੀ ਆਉਂਦੇ ਰਹੇ ਤੂਫਾਨ ਨੇ ਬੜੇ ਇੱਥੇ ਕੱਚਾ ਇਸ਼ਕ ਨਹੀਂ ਸਾਡੇ ਮਰਜੂੜਿਆਂ ਦਾ ਬੈਠੇ ਲੋਹਾਂ ਵਿੱਚ ਦੇਗਾਂ ਵਿੱਚ ਕੜੇ ਇੱਥੇ ਰਹੇ ਨੱਚਦੇ ਆਰੇ ਦੇ ਦੰਦਿਆਂ 'ਤੇ ਸਾਡੇ ਸਾਹਮਣੇ ਮੌਤ ਨਾ ਖੜੇ ਇੱਥੇ ਜਮ ਜਮ ਬਣੇ ਨਰੈਣੂ ਮਹੰਤ ਕੋਈ ਲਛਮਣ ਸਿੰਘ ਦਲੀਪ ਸਿੰਘ ਬੜੇ ਇੱਥੇ ਵਿੱਚ ਬਾਗ ਦੇ ਬੈਠ ਕੇ ਬੁਲਬੁਲ ਕਰੇ ਪਕਾਰ ਵਰਖਾ ਕਰ ਦਿਓ ਨਾਮ ਦੀ ਖਿੜ ਜਾਵੇ ਗੁਲਜ਼ਾਰ ਲੈਣਾ ਰਸਾ ਪ੍ਰੇਮ ਜੇ ਲੋਕ ਲਾਜ ਦੇ ਤਿਆਗ ਆਰਫ ਲੋਕ ਨੇ ਜਾਗਦੇ ਤੂੰ ਕਦੇ ਤਾਂ ਸੁੱਤਿਆ ਜਾਗ ਸਿੱਖੀ ਦੇ ਅਸੂਲ ਮੁਤਾਬਕ ਆਓ ਪਹਿਲਾਂ ਫਤਿਹ ਬੁਲਾਈਏ ਸਾਰੀ ਸੰਗਤ ਮੁੱਖ ਪਵਿੱਤਰ ਕਰੋ ਯਾਤਰਾ ਸਫਲ ਹੋਵੇ ਹਾਜ਼ਰੀ ਲੱਗੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਉਹ ਪ੍ਰਸੰਗ ਤੁਹਾਡੇ ਪੇਸ਼ ਕਰਨ ਲੱਗਾ ਹਾਂ ਖਾਲਸਿਓ ਜਦੋਂ ਸਿੱਖ ਦਾ ਨਾਮ ਲੈਣਾ ਵੀ ਪਾਪ ਸਮਝਿਆ ਜਾਂਦਾ ਸੀ ਉਸ ਜ਼ਮਾਨੇ ਦੀ ਗੱਲ ਹੈ ਜੇ ਕਿਸੇ ਦੇ ਦੋ ਬੱਚੇ ਹੋਣੇ ਇੱਕ ਨੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਕੇ ਘਰ ਆਉਣਾ ਉਹਦੇ ਮਾਪਿਆਂ ਨੇ ਬੜਾ ਗੁੱਸਾ ਕਰਨਾ ਉਸ ਮੁੰਡੇ ਦੇ ਪਿਓ ਨੂੰ ਜੇ ਦੂਸਰੇ ਦਿਨ ਕਿਸੇ ਨੇ ਪੁੱਛਣਾ ਤੇਰੇ ਪੁੱਤਰ ਕਿੰਨੇ ਨੇ ਭਾਈ ਉਹਨੇ ਆਖਣਾ ਅੱਗੇ ਦੇ ਦੋ ਸੀ ਹੁਣ ਇੱਕ ਹੀ ਰਹਿ ਗਿਆ ਸਵਾਲ ਕਰਨ ਵਾਲੇ ਨੇ ਕਹਿਣਾ ਕੀ ਗੱਲ ਹੈ ਇੱਕ ਕਿੱਥੇ ਗਿਆ ਉਹਨੇ ਆਖਣਾ ਇੱਕ ਨਿਹੰਗ ਬਣ ਗਿਆ ਉਹਨੇ ਅੰਮ੍ਰਿਤ ਛੱਕ ਲਿਆ ਉਹ ਸਿੰਘ ਸੱਜ ਗਿਆ ਸਰਕਾਰ ਨੂੰ ਜਦੋਂ ਪਤਾ ਲੱਗਾ ਉਹਦੀ ਮੌਤ ਹੋ ਜਾਣੀ ਆ ਇਸ ਲਈ ਸਾਡਾ ਇੱਕੋ ਹੀ ਪੁੱਤਰ ਹੈ ਇੱਥੋਂ ਤੱਕ ਕਿ ਸਰਕਾਰ ਨੇ ਆਰਡਰ ਕਰ ਦਿੱਤੇ ਭਈ ਕੋਈ ਗੁੜ ਨਾ ਆਖੇ ਗੁੜ ਨੂੰ ਵੀ ਪੇਸੀ ਕਹਿ ਕੇ ਸੱਦੋ ਕਿਉਂਕਿ ਗੁੜ ਨੂੰ ਗੁਰੂ ਲਫਜ਼ ਲੱਗਦਾ ਸੀ ਉਸ ਵੇਲੇ ਮਝਾਰੀ ਪਿੰਡ ਦੇ ਸ਼ਾਮੇ ਸ਼ਾਹੂਕਾਰ ਦੇ ਜਿਹਦੇ ਦੋ ਪੁੱਤਰ ਨੇ ਵੱਡੇ ਦਾ ਨਾਮ ਹੈ ਕੁਲਵੰਤ ਛੋਟੇ ਦਾ ਨਾਮ ਹੈ ਬਲਵੰਤ ਇੱਕ ਇਹਦੀ ਪੁੱਤਰੀ ਹੈ ਇਹਦਾ ਨਾਮ ਹੈ ਸੁੰਦਰੀ ਬਲਵੰਤ ਸਿੰਘ ਦੀ ਸੰਗਤ ਸਿੱਖਾਂ ਨਾਲ ਹੋ ਗਈ ਇਹਨੇ ਅੰਮ੍ਰਿਤ ਛੱਕ ਲਿਆ ਅੰਮ੍ਰਿਤ ਛੱਕ ਕੇ ਜਦੋਂ ਇਹ ਬਲਵੰਤ ਸਿੰਘ ਬਣ ਕੇ ਆਪਣੇ ਘਰ ਆਇਆ ਇਹਦੇ ਪਿਤਾ ਦੀ ਛਾਤੀ 'ਤੇ ਸੱਪ ਲੇਟਿਆ ਇਹਨੇ ਆਖਿਆ ਓਏ ਬਲਵੰਤ ਇਹ ਤੂੰ ਕੀ ਚੰਦ ਚੜ੍ਹਾ ਦਿੱਤਾ ਹੈ ਮੈਂ ਫੈਸਲਾ ਕਰਦਾ ਜਾਂ ਤੂੰ ਸਾਡਾ ਘਰ ਛੱਡ ਕੇ ਚਲਿਆ ਜਾ ਅਤੇ ਜਾਂ ਹਾਂ ਸਿੱਖੀ ਬਾਣਾ ਲਾ ਦੇ ਬਲਵੰਤ ਸਿੰਘ ਨੇ ਆਖਿਆ ਪਿਤਾ ਜੀ ਇਹ ਸਿੱਖੀ ਬਾਣਾ 'ਤੇ ਹੁਣ ਲੱਤਾਂ ਕੱਟੀਆਂ ਤੋਂ ਬਿਨਾਂ ਨਹੀਂ ਲੱਥ ਸਕਦਾ ਪਰ ਮੈਂ ਤੇਰਾ ਘਰ ਛੱਡ ਕੇ ਜਾਣ ਲਈ ਤਿਆਰ ਹਾਂ ਜਦੋਂ ਬਲਵੰਤ ਸਿੰਘ ਘਰ ਛੱਡ ਕੇ ਤੁਰਨ ਲੱਗਾ ਇਹਦੀ ਭੈਣ ਨੂੰ ਬੜਾ ਰੋਣ ਆਇਆ ਗੁੱਸੇ ਵਿੱਚ ਆ ਕੇ ਬੜੇ ਅਫਸੋਸ ਵਿੱਚ ਆ ਕੇ ਹਿਰਖ ਵਿੱਚ ਆ ਕੇ ਪਿਆਰ ਵਿੱਚ ਕਹਿੰਦੀ ਵੀਰਾ ਮੇਰੇ ਚਾਹ ਕੌਣ ਪੂਰੇ ਕਰੇਗਾ ਮੇਰੀ ਸ਼ਾਦੀ ਹੋ ਚੁੱਕੀ ਹੈ ਮੇਰਾ ਮਕਲਾਵਾ ਕੌਣ ਤੋਰੇਗਾ ਮਕਲਾਵਾ ਇੱਕ ਸਾਲ ਨੂੰ ਜਾਣਾ ਸੀ ਬਲਵੰਤ ਸਿੰਘ ਨੇ ਵਾਅਦਾ ਕੀਤਾ ਭੈਣਾ ਤੇਰਾ ਮਕਲਾਵਾ ਮੈਂ ਆ ਕੇ ਆਪ ਤੋਰੂੰਗਾ ਸਮਾਂ ਲੰਘਦਾ ਗਿਆ ਤੀਆਂ ਦੇ ਦਿਨ ਆ ਗਏ ਸਾਲ ਬੀਤ ਗਿਆ ਇਹਦੀ ਸ਼ਾਦੀ ਹੋਈ ਨੂੰ ਇੱਕ ਦਿਨ ਇਹ ਸੁੰਦਰੀ ਲੜਕੇ ਸਹੇਲੀਆਂ ਨਾਲ ਬਾਹਰ ਤੀਆਂ ਖੇਡਣ ਗਈ ਹੈ ਤੀਆਂ ਖੇਡ ਕੇ ਜਦੋਂ ਕੁੜੀਆਂ ਤੁਰੀਆਂ ਆਉਂਦੀਆਂ ਨੇ ਢਾਣੇ ਵਿੱਚ ਸੁੰਦਰੀ ਤੁਰੀ ਆ ਰਹੀ ਹੈ ਜਲੰਧਰ ਦਾ ਨਵਾਬ ਜਿਹੜਾ ਬੜਾ ਹੰਕਾਰੀ ਹੈ ਬੜਾ ਸਰਕਾਰ ਦੇ ਮਾਣ ਵਿੱਚ ਆਇਆ ਸ਼ਿਕਾਰ ਖੇਡ ਕੇ ਇਹਦੀ ਨਿਗਾਹ ਸੁੰਦਰੀ 'ਤੇ ਪਈ ਹੁਕਮ ਦਿੱਤਾ ਇਸ ਕੁੜੀ ਨੂੰ ਮੇਰੇ ਘੋੜੇ 'ਤੇ ਸੁੱਟ ਦਿਓ ਰੋਂਦੀ ਕੁਰਲਾਂਦੀ ਨੂੰ ਇਹਦਿਆਂ ਕੁਰਿੰਦਿਆਂ ਨੇ ਚੁੱਕ ਕੇ ਸੁੰਦਰੀ ਨੂੰ ਖਾਨ ਦੇ ਘੋੜੇ 'ਤੇ ਸੁੱਟ ਦਿੱਤਾ ਕੂੰਜ ਬਾਜ ਦੇ ਹੱਥ ਆਈ ਹੋਈ ਨੇ ਕਿਵੇਂ ਕੀਰ ਨੇ ਪਾਏ ਅੱਜ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਅੱਜ ਦਾ ਪ੍ਰੋਗਰਾਮ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਟੀ ਸਰੀਜ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਕਥਾ ਦਾ ਨਾਮ ਹੈ ਬਹਾਦਰ ਸੁੰਦਰੀ ਸੁਣੋ ਇਉਂ ਬੇਨਤੀ ਕੀਤੀ ਜਾ ਰਹੀ ਮਾਰਨੂੰ ਨਜ਼ਰ ਪੈ ਗਈ ਜਾਂ ਸ਼ਿਕਾਰੀ ਦੀ ਕਿਸਮਤ ਸੌਂ ਗਈ ਸੁੰਦਰੀ ਵਿਚਾਰੀ ਦੀ ਕਿਸਮਤ ਸੌਂ ਗਈ ਸੁੰਦਰੀ ਵਿਚਾਰੀ ਦੀ ਉਹ ਕੈਰੀ ਹੱਲਾ ਕੀਤਾ ਉੱਡਣੇ ਜਹਾਜ਼ ਨੇ ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ ਮਾਰਨੂੰ ਨਜ਼ਰ ਪੈ ਗਈ ਜਾਂ ਸ਼ਿਕਾਰੀ ਦੀ ਕਿਸਮਤ ਸੌਂ ਗਈ ਸੁੰਦਰੀ ਵਿਚਾਰੀ ਦੀ
ਕਿਸਮਤ ਸੌ ਗਈ ਸੁੰਦਰੀ ਵਿਚਾਰੀ ਦੀ। ਉਹ ਕੈਰੀ ਹੱਲਾ ਕੀਤਾ ਉੱਡਣੇ ਜਹਾਜ਼ ਨੇ, ਹਾਲੇ ਕੂੰਜ ਕੰਨਿਆ ਮੁਗਲ ਬਾਜ ਨੇ, ਹਾਲੇ ਕੂੰਜ ਕੰਨਿਆ ਮੁਗਲ ਬਾਜ ਨੇ। ਭਰ ਕੇ ਕੁੜਾਵਾ ਰੋਂਦੀ ਘੁਰ ਲਾਂਦੀ ਨੂੰ, ਘੋੜੇ ਉੱਤੇ ਸੁੱਟ ਲੈ ਗਿਆ ਹਾੜੇ ਪਾਂਦੀ ਨੂੰ, ਘੋੜੇ ਉੱਤੇ ਸੁੱਟ ਲੈ ਗਿਆ ਹਾੜੇ ਪਾਂਦੀ ਨੂੰ। ਓ ਸਾਡੀ ਸਰਕਾਰ ਹੈ ਜਿੰਨਾ ਨੂੰ ਨਾਜ ਨੇ, ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ, ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ। ਬੈਠਾ ਸੀ ਪੁਰਾਉਣਾ ਘਰ ਸ਼ਾਹੂਕਾਰ ਦੇ, ਜਿਉਂ ਜਿਉਂ ਸੁਣੀ ਗੱਲ ਲੋਕੀ ਤਾਈ ਮਾਰ ਦੇ, ਜਿਉਂ ਜਿਉਂ ਸੁਣੀ ਗੱਲ ਲੋਕੀ ਤਾਈ ਮਾਰ ਦੇ। ਬੰਦ ਹੋ ਗਏ ਵੱਜਣੋਂ ਖੁਸ਼ੀ ਦੇ ਸਾਜ ਨੇ, ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ, ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ। ਲੋਕ ਕਹਿਣ ਜੂਣਾ ਕਾਹਦਾ ਏ ਗਰੀਬ ਦਾ, ਪੁੱਠਾ ਗੇੜ ਪੈ ਗਿਆ ਸ਼ਾਮੇ ਬੇਨਸੀਬ ਦਾ, ਪੁੱਠਾ ਗੇੜ ਪੈ ਗਿਆ ਸ਼ਾਮੇ ਬੇਨਸੀਬ ਦਾ। ਕੀਤਾ ਨਾ ਅਦਲ ਮੁਗਲਾਂ ਦੇ ਰਾਜ ਨੇ, ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ, ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ। ਓ ਸੁਣੀ ਨਾ ਆਵਾਜ਼ ਵਿਸ਼ਨੂੰ ਮਕੰਦ ਨੇ, ਸੁਣੀ ਨਾ ਆਵਾਜ਼ ਵਿਸ਼ਨੂੰ ਮੁਕੰਦ ਨੇ, ਦਿੱਤਾ ਨਾ ਹੁੰਗਾਰਾ ਰਾਤ ਕਾਂਦੇ ਚੰਦ ਨੇ, ਦਿੱਤਾ ਨਾ ਹੁੰਗਾਰਾ ਰਾਤ ਕਾਂਦੇ ਚੰਦ ਨੇ। ਸਤੀ ਨੂੰ ਛੁਡਾਇਆ ਨਾ ਧਰਮ ਰਾਜ ਨੇ, ਹਾਰੀ ਕੂੰਜ ਕੰਨਿਆ ਮੁਗਲ ਬਾਜ ਨੇ, ਹਾਰੀ ਕੂੰਜ ਕੰਨਿਆ ਮੁਗਲ ਬਾਜ ਨੇ। ਵਾਂਗਰਾਂ ਦਰੋਪਤਾ ਦੇ, ਵਾਂਗਰਾਂ ਦਰੋਪਤਾ ਦੇ ਹਾੜੇ ਪਾਂਦੀ ਨੂੰ, ਰੋਣਾ ਪੱਲੇ ਪਾਤਾ ਖੁਸ਼ੀਆਂ ਚ ਗਾਂਦੀ ਨੂੰ, ਰੋਣਾ ਪੱਲੇ ਪਾਤਾ ਖੁਸ਼ੀਆਂ ਚ ਗਾਂਦੀ ਨੂੰ। ਓ ਖੁਸ਼ੀਆਂ ਦੇ ਸਾਰੇ ਬੰਦ ਪਏ ਦਰਾਜ ਨੇ, ਹਾਰੀ ਕੂੰਜ ਕੰਨਿਆ ਮੁਗਲ ਬਾਜ ਨੇ, ਹਾਰੀ ਕੂੰਜ ਕੰਨਿਆ ਮੁਗਲ ਬਾਜ ਨੇ। ਸੁਣੀ ਜਾ ਖਬਰ ਘਰ ਰੋਣਾ ਪੈ ਗਿਆ, ਚਹਿਲ ਪਹਿਲ ਉੱਡੀ ਗਮ ਠੋਣਾ ਪੈ ਗਿਆ, ਚਹਿਲ ਪਹਿਲ ਉੱਡੀ ਗਮ ਠੋਣਾ ਪੈ ਗਿਆ। ਸਾਰੇ ਰਹਿ ਗਏ ਤਰੇ ਹੋਏ ਅਧੂਰੇ ਕਾਜ ਨੇ, ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ, ਫਾਰੀ ਕੂੰਜ ਕੰਨਿਆ ਮੁਗਲ ਬਾਜ ਨੇ। ਓ ਕਿਸਮਤ ਲੁੱਟੀ ਪੁੱਠਾ ਫੇਰ ਪੈ ਗਿਆ, ਕਿਸਮਤ ਲੁੱਟੀ ਪੁੱਠਾ ਫੇਰ ਪੈ ਗਿਆ, ਸ਼ਾਮੇ ਦਿਆਂ ਛੇਲਿਆਂ ਨੂੰ ਸ਼ੇਰ ਪੈ ਗਿਆ, ਸ਼ਾਮੇ ਦਿਆਂ ਛੇਲਿਆਂ ਨੂੰ ਸ਼ੇਰ ਪੈ ਗਿਆ। ਪੰਡਤਾਂ ਦੇ ਦਿਓਤੇ ਜਾਪ ਦੇ ਨਾਰਾਜ਼ ਨੇ, ਹਾਰੀ ਕੂੰਜ ਕੰਨਿਆ ਮੁਗਲ ਬਾਜ ਨੇ, ਹਾਰੀ ਕੂੰਜ ਕੰਨਿਆ ਮੁਗਲ ਬਾਜ ਨੇ। ਇਸ ਖਾਨਜ਼ਾਦੇ ਦੇ ਜਿੱਥੇ ਤੰਬੂ ਲੱਗੇ ਹੋਏ ਸਨ ਸ਼ਿਕਾਰ ਖੇਡਣ ਆਏ ਦੇ, ਇਹ ਸੁੰਦਰੀ ਨੂੰ ਲੈ ਕੇ ਉਸ ਪਾਸੇ ਚਲਿਆ ਗਿਆ। ਕੁੜੀਆਂ ਨੇ ਆ ਕੇ ਘਰ ਵਿੱਚ ਸਾਰੀ ਗੱਲ ਦੱਸੀ।
ਜਿੱਥੇ ਖੁਸ਼ੀ ਦਾ ਸਮਾਂ ਸੀ ਉੱਥੇ ਗਮੀ ਬੈਠ ਗਈ। ਸੀਤਲ ਸਾਹਿਬ ਆਪਣੀ ਕਿਤਾਬ ਵਿੱਚ ਲਿਖਦੇ ਨੇ, ਰਾਤ ਉਹੀ ਹੁੰਦੀ ਹੈ ਲੇਕਿਨ ਸੁੱਖਾਂ ਵਿੱਚ ਛੇਤੀ ਬੀਤਦੀ ਹੈ, ਦੁੱਖਾਂ ਵਿੱਚ ਚਿਰੀ ਬੀਤ ਗਈ ਜਾਪਦੀ ਹੈ। ਜਿੱਥੇ ਖੁਸ਼ੀ ਦਾ ਸਮਾਂ ਸੀ ਉਹ ਗਮੀ ਨੇ ਮੱਲ ਲਿਆ। ਰੋ ਕਰਲਾ ਕੇ ਕੁੜੀਆਂ ਨੇ ਸਾਰੀ ਗੱਲ ਦੱਸੀ। ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ, ਚੱਲੋ ਪੰਚਾਇਤ ਬਣਾ ਕੇ ਚੱਲੀਏ, ਉਸ ਅਫਸਰ ਨੂੰ ਬੇਨਤੀ ਕਰੀਏ, ਉਸ ਖਾਨਜ਼ਾਦੇ ਨੂੰ ਬੇਨਤੀ ਕਰੀਏ ਵੀ ਸਾਡੀ ਵਿਆਹੀ ਹੋਈ ਕੁੜੀ ਵਾਪਸ ਕਰ ਦੇ, ਜੇ ਉਹਨੇ ਜ਼ਰੂਰ ਕੋਈ ਕੁੜੀ ਸਾਡੇ ਪਿੰਡ ਦੀ ਨਿਕਾਉਣੀ ਹੈ ਤਾਂ ਅਸੀਂ ਹੋਰ ਕਿਸੇ ਕੁੜੀ ਦਾ ਰਿਸ਼ਤਾ ਕਰ ਦਿਆਂਗੇ। ਪੰਚਾਇਤ ਪ੍ਰੋਗਰਾਮ ਬਣਾ ਕੇ ਖਾਨ ਦੇ ਕੋਲ ਪਹੁੰਚੀ, ਇਹਨਾਂ ਗਲਾਂ ਵਿੱਚ ਪੱਲੇ ਪਾ ਕੇ ਮੂੰਹ ਵਿੱਚ ਕਾਹ ਲੈ ਕੇ ਆਖਿਆ, ਖਾਨ ਜੀ ਸਾਡੀ ਇੱਜ਼ਤ ਦਾ ਸਵਾਲ ਹੈ, ਸਾਡੀ ਲੜਕੀ ਵਿਆਹੀ ਹੋਈ ਹੈ, ਇਹਨੂੰ ਵਾਪਸ ਕਰ ਦਿਓ। ਜੇ ਤੁਹਾਡਾ ਚਿੱਤ ਕਿਸੇ ਹੋਰ ਸ਼ਾਦੀ ਨੂੰ ਕਰਦਾ ਹੈ, ਹੋਰ ਕਿਸੇ ਲੜਕੀ ਨਾਲ ਸ਼ਾਦੀ ਕਰ ਸਕਦੇ ਹੋ। ਹੰਕਾਰੀ ਖਾਨ ਨੇ ਆਖਿਆ, ਚਲੇ ਜਾਓ ਨਹੀਂ ਤਾਂ ਮਾਰ ਦਿੱਤੇ ਜਾਓਗੇ, ਜਿਹਦੀ ਲੋੜ ਸੀ ਉਹ ਮੈਂ ਲੈ ਆਉਂਦੀ ਆ, ਚਲੇ ਜਾਓ ਨਹੀਂ ਤਾਂ ਮੌਤ ਦੇ ਕਾਟ ਉਤਾਰ ਦਿੱਤੇ ਜਾਓਗੇ। ਰੋਂਦੀ ਕੁਰਲਾਂਦੀ ਪੰਚਾਇਤ ਜਦੋਂ ਵਾਪਸ ਮੁੜਨ ਲੱਗੀ, ਸੁੰਦਰੀ ਨੇ ਆਵਾਜ਼ ਮਾਰੀ, ਪਿਤਾ ਜੀ ਮੇਰੀ ਗੱਲ ਸੁਣ ਕੇ ਜਾਇਓ। ਆਪਣੇ ਬਾਪੂ ਨੂੰ ਜ਼ਰਾ ਪਾਸੇ ਕਰਕੇ ਸੁੰਦਰੀ ਗੱਲ ਸੁਣਾਉਣ ਲੱਗੀ ਹੈ। ਖਾਨ ਨੇ ਮਖੌਲ ਨਾਲ ਆਖਿਆ, ਕੋਈ ਐਸੀ ਗੱਲ ਸਮਝਾ ਦੇ ਜਿਹਦੇ ਨਾਲ ਤੇਰਾ ਕੰਮ ਸੂਤਰ ਆ ਜਾਏ। ਸ਼ਾਹੂਕਾਰ ਆ, ਕੋਈ ਕੁੜੀ ਨੂੰ ਸਿੱਖਿਆ ਦੇ ਜਾ, ਕੋਈ ਅੜੀ ਫੜੀ ਨਾ ਕਰੇ ਨਹੀਂ ਤਾਂ ਮਾਰੀ ਜਾਊਗੀ। ਸ਼ਾਮਾ ਸ਼ਾਹੂਕਾਰ ਗੱਲ ਸੁਣਦਾ, ਉਹਦੇ ਕੰਨ ਵਿੱਚ ਇੱਕ ਸੁਨੇਹਾ ਦਿੰਦੀ ਹੈ ਸੁੰਦਰੀ, ਕੀ ਆਉਂਦੀ ਹੈ, ਕਹਿੰਦੀ ਬਾਪੂ ਜੀ ਤੁਹਾਡੇ ਵਿੱਚ ਤਾਕਤ ਨਹੀਂ, ਤੁਸੀਂ ਮੈਨੂੰ ਛਡਾ ਸਕੋ, ਤੁਸੀਂ ਅੰਮ੍ਰਿਤ ਨਹੀਂ ਛਕਿਆ, ਮੇਰੇ ਅੰਮ੍ਰਿਤਧਾਰੀ ਵੀਰ ਨੇ ਆਉਣਾ, ਉਹ ਕਦੇ ਮਕਲਾਵੇ ਦਾ ਦਿਨ ਨਹੀਂ ਭੁੱਲੇਗਾ, ਮੇਰਾ ਸੁਨੇਹਾ ਲੈ ਜਾਓ, ਮੇਰੇ ਵੀਰ ਨੂੰ ਸੁਨੇਹਾ ਦੇ ਦਿਓ ਵੀ ਜੇ ਨਾ ਵੀ ਆ ਸਕਿਆ ਭੈਣ ਤੇਰੀ ਸ਼ਹੀਦੀ 'ਤੇ ਪਾ ਜਾਏਗੀ, ਪਰ ਇਹਨ ਵਿੱਚ ਨਹੀਂ ਆਏਗੀ। ਜਿਹੜਾ ਸੁਨੇਹਾ ਸੁੰਦਰੀ ਆਪਣੇ ਪਿਤਾ ਦੇ ਕੰਨ ਵਿੱਚ ਦਿੰਦੀ ਹੈ, ਮੇਰੇ ਸਾਥੀ ਗੁਰਮੁਖ ਸਿੰਘ ਐਮ.ਏ. ਨਰਿੰਦਰ ਸਿੰਘ ਰੂਪਵਾਲੀ ਅਤੇ ਰਣਜੀਤ ਸਿੰਘ ਰਾਜੂ ਚੀਮਿਆਂ ਵਾਲਾ ਬਿਆਨ ਕਰ ਰਹੇ ਨੇ, ਇਉਂ ਬੇਨਤੀ ਕੀਤੀ ਜਾ ਰਹੀ ਹੈ, ਸੁਣੀਏ। ਗਲ ਪੱਲਾ ਪਾਸੂ ਰੁਸਤੀ ਨੇ ਕਿਹਾ ਬਾਪ ਨੂੰ ਗੱਲ ਭੁੱਲਿਓ ਨਾ, ਗੱਲ ਭੁੱਲਿਓ ਨਾ, ਕੀਤੀ ਐ ਤਗੀਦ ਆਪ ਨੂੰ ਗੱਲ ਭੁੱਲਿਓ ਨਾ, ਕਿਤੇ ਉਹ ਪੂਰਾ ਨਾ ਜਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ। ਗੱਲ ਪੱਲਾ ਪਾਸੂ ਰੁਸਤੀ ਨੇ ਕਿਹਾ ਬਾਪ ਨੂੰ ਗੱਲ ਭੁੱਲਿਓ ਨਾ, ਗੱਲ ਭੁੱਲਿਓ ਨਾ, ਕੀਤੀ ਆ ਤਗੀਦ ਆਪ ਨੂੰ ਗੱਲ ਭੁੱਲਿਓ ਨਾ, ਕਿਤੇ ਉਪਰਾ ਨਾ ਜਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ। ਆਖੀ ਮਨਦਾਰੀ ਖਾਨ ਮਾਰਿਆ ਗਰੀਬਾਂ ਦੀ ਸਗੋਂ ਖੱਲ ਲਾਉਂਦਾ, ਸਗੋਂ ਖੱਲ ਲਾਉਂਦਾ ਸੂਲੀ ਚਾੜਿਆ ਗਰੀਬਾਂ ਦੀ ਸਗੋਂ ਖੱਲ ਲਾਉਂਦਾ, ਉਹ ਪਿੰਡ ਆਉਣਾ ਈ ਪਛਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ। ਉਹਨੂੰ ਭੁੱਲਿਆ ਨੀ ਦੇਣੇ ਉਹਨੇ ਦੂਰੋਂ ਆਉਣਾ ਏ ਖਾਨ ਦਿਨਾਂ ਦਾ ਈ, ਖਾਨ ਦਿਨਾਂ ਦਾ ਮਹਿਮਾਨ ਪਲਾਂ ਦਾ ਪਰਾਉਣਾ ਏ ਖਾਨ ਦਿਨਾਂ ਦਾ ਈ, ਉਹ ਰੋਟੀ ਸੁਜੂਗੀ ਨਾ ਖਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ। ਉਹਦਾ ਵੇਖ ਦੀਰਾ ਮੁੱਖ ਮੇਰਾ ਦਿਲ ਚਾਹੁੰਦਾ ਏ ਮੇਰੇ ਕੱਟੇ ਜਾਣ, ਮੇਰੇ ਕੱਟੇ ਜਾਣ, ਦੁੱਖ ਮੇਰਾ ਦਿਲ ਚਾਹੁੰਦਾ ਏ ਮੇਰੇ ਕੱਟੇ ਜਾਣ, ਓਏ ਆਖੀ ਤੇਗ ਤੂੰ ਚਲਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ। ਆਖੀ ਰੋਂਦੀ ਤੇਰੀ ਭੈਣ ਤੂੰ ਛਡਾ ਲੈ ਆਣ ਕੇ, ਕਹਿੰਦੀ ਮੇਲ ਪੋਵੇ ਕਹਿੰਦੀ ਮੇਲ ਪੋ ਪਾਰਾਵਾ ਕਿਤੇ ਬਾਹਾਂ ਤਾਣ ਕੇ, ਕਹਿੰਦੀ ਮੇਲ ਪੋਵੇ ਉਹ ਤਰਾਸ ਨਹੀਂ ਲਟਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ।
ਆਖੀ ਸੂਰਮਾ ਜਵਾਨ ਵੀਰ ਤੂੰ ਅਜੀਤ ਦਾ ਤੇਰੀ ਭੈਣ ਜੀ ਨੂੰ ਤੇਰੀ ਭੈਣ ਜੀ ਨੂੰ ਸਮਾਂ ਨਹੀਂ ਸੁੱਖਾਂ ਚ ਬੀਤਦਾ ਤੇਰੀ ਭੈਣ ਜੀ ਨੂੰ ਉਹ ਰੋਕਿਆ ਪਾੜਨੋਂ ਤੂੰ ਬਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਤੂੰ ਸਕਦਾ ਨੀ ਮਨ ਹੈ ਨਾੜੀ ਖਾਣੇ ਕਦੇ ਹੱਥ ਆਏ ਕਦੇ ਹੱਥ ਆਏ ਕਿਸੇ ਦੀ ਨਾ ਛੱਡੇ ਜਾਣੇ ਕਦੇ ਹੱਥ ਆਏ ਨੀ ਕਦੇ ਪਿਉਂਦਾ ਪਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਮੈਂ ਵੀ ਧਰਮ ਨੀ ਤੇ ਆਗ ਦੀ ਮਾਰੂੰਗੀ ਅੜ ਕੇ ਵੀਰ ਛੁੱਟੀ ਲੈ ਕੇ ਵੀਰ ਛੁੱਟੀ ਲੈ ਕੇ ਆਊਗਾ ਘੋੜੇ ਤੇ ਚੜ ਕੇ ਵੀਰ ਛੁੱਟੀ ਲੈ ਕੇ ਸੇਵਾ ਆਉਂਦੀ ਹੈ ਕਮਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਆਖੀ ਕਹਿੰਦੀ ਤੇਰੀ ਭੈਣ ਸੀ ਦਲੇਰ ਸੂਰਮਾ ਸੋਹਣੇ ਚੰਨ ਬਿਨਾ ਸੋਹਣੇ ਚੰਨ ਬਿਨਾ ਉੱਡੂ ਨਾ ਹਨੇਰ ਸੂਰਮਾ ਸੋਹਣੇ ਚੰਨ ਬਿਨਾ ਓ ਜੋਗੀ ਗੁਰਮੁਖਾ ਨਾਰਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਬਾਪੂ ਦੱਸ ਦਈ ਕਹਾਣੀ ਮੇਰੇ ਛੋਟੇ ਵੀਰ ਨੂੰ ਬਾਪੂ ਦੱਸ ਦੇਵੀ ਸ਼ਾਮਾ ਸ਼ਾਹੂਕਾਰ ਇਹ ਆਪਣੀ ਪੁੱਤਰੀ ਤੋਂ ਸੁਨੇਹਾ ਲੈ ਕੇ ਆਪਣੀ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਮਝਾਰੀ ਪਹੁੰਚ ਗਏ। ਹਿਰਖ ਕਰਨ ਵਾਲੇ ਲੋਕ ਬਹੁਤ ਆ ਰਹੇ ਸਨ, ਸਾਰੇ ਇੱਥੇ ਗੱਲ ਮੁਕਾ ਕੇ ਤੁਰ ਜਾਂਦੇ ਸਨ। ਇਹ ਭਾਣਾ ਹੈ ਸ਼ਾਹੂਕਾਰਾ, ਇਹ ਗੱਲ ਝੱਲਣੀ ਪੈਣੀ ਹੈ। ਸਮਾਂ ਲੰਘਦਾ ਗਿਆ, ਉਹ ਦਿਨ ਨੇੜੇ ਆ ਗਿਆ ਜਦੋਂ ਬੀਬੀ ਸੁੰਦਰੀ ਦਾ ਮਕਲਾਵਾ ਤੁਰਨਾ ਸੀ। ਇਹਦਾ ਵੀਰ ਬਲਵੰਤ ਸਿੰਘ ਸੂਰਮਾ, ਜਿਹੜਾ ਨਿਹੰਗ ਸਿੰਘ ਸੱਜਿਆ ਹੋਇਆ, ਮਾਫ਼ ਕਰਨਾ, ਉਸ ਵੇਲੇ ਮਿਹਣੇ ਬਣ ਚੁੱਕੇ ਸਨ ਕਿ ਨਿਹੰਗ ਬਣਨਾ ਪਾਪ ਹੈ। ਦੋ ਤੀਵੀਆਂ ਲੜ ਪਈਆਂ, ਇੱਕ ਕਹਿੰਦੀ ਤੇਰਾ ਬੰਦਾ ਮਰ ਜਾਏ, ਦੂਜੀ ਕਹਿੰਦੀ ਤੇਰਾ ਬੰਦਾ ਨਿਹੰਗ ਹੋ ਜਾਏ। ਉਹ ਕਹਿੰਦੀ ਮੈਨੂੰ ਗੱਲ ਦੀ ਸਮਝ ਨਹੀਂ ਆਈ, ਮੈਂ ਤਾਂ ਗਾਲ ਕੱਢੀ ਹੈ ਅਤੇ ਤੂੰ ਕੀ ਆਖਿਆ। ਕਹਿੰਦੀ ਮੈਂ ਵੀ ਗਾਲ ਕੱਢੀ ਹੈ। ਕਹਿੰਦੀ ਮੈਂ ਆਖਿਆ ਤੇਰਾ ਬੰਦਾ ਮਰ ਜਾਏ, ਕਹਿੰਦੀ ਮੈਂ ਆਖਿਆ ਤੇਰਾ ਬੰਦਾ ਨਿਹੰਗ ਹੋ ਜਾਏ। ਕਹਿੰਦੀ ਫਰਕ ਕੀ ਹੈ, ਜਿਸਨੇ ਆਖਿਆ ਸੀ ਨਾ ਤੇਰਾ ਬੰਦਾ ਨਿਹੰਗ ਹੋ ਜਾਏ, ਉਹਨੇ ਆਖਿਆ ਜੇ ਮੇਰਾ ਬੰਦਾ ਮਰ ਗਿਆ ਮੈਂ ਤਾਂ ਟੁੱਟਾ ਭੱਜਾ ਕੋਈ ਹੋਰ ਵੀ ਲੱਭ ਲੂੰ, ਪਰ ਜੇ ਤੇਰਾ ਕੋਈ ਨਿਹੰਗ ਬਣ ਗਿਆ ਨਾ ਉਹਨੇ ਘਰ ਆਉਣਾ ਹੈ ਨਾ ਉਹਨੂੰ ਸਰਕਾਰ ਨੇ ਛੱਡਣਾ, ਤੁਹਾਡੇ ਪਰਿਵਾਰ ਦੇ ਵੈਰ ਪੈ ਜਾਣਾ ਸਰਕਾਰ ਨੇ। ਮਿੱਤਰੋ, ਨਿਹੰਗ ਬਣਨਾ ਉਸ ਵੇਲੇ ਇੰਨਾ ਪਾਪ ਸਮਝਿਆ ਜਾਂਦਾ ਸੀ। ਨਿਹੰਗ ਸਿੰਘ ਕਾਹਨੂੰ ਵਣ ਦੇ ਸ਼ੰਭ ਵਿੱਚ ਬੈਠਾ ਹੈ, ਇਹਨੇ ਆਪਣੇ ਗੋਡੇ 'ਤੇ ਇੱਕ ਕਾਗਜ਼ ਰੱਖਿਆ ਹੈ, ਇਹਦੇ ਕੋਲ ਹੈ ਇੱਕ ਕਲਮ, ਲਿਖਦਾ ਹੈ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੇਨਤੀ ਕਰਦਾ ਹਾਂ ਕਿ ਮੈਂ ਆਪਣੀ ਭੈਣ ਦੀ ਸ਼ਾਦੀ ਕਰ ਚੁੱਕਾ ਅੰਮ੍ਰਿਤ ਛਕਣ ਤੋਂ ਪਹਿਲਾਂ, ਹੁਣ ਮੈਂ ਇੱਥੇ ਤੁਹਾਡੇ ਕੋਲ ਹਾਂ, ਉਹਦੇ ਮਕਲਾਵੇ ਦੇ ਦਿਨ ਨੇ, ਕਿਰਪਾ ਕਰੋ ਮੈਨੂੰ 3 ਦਿਨ ਦੀ ਛੁੱਟੀ ਦੇ ਦਿਓ, ਮੈਂ ਭੈਣ ਦਾ ਮਕਲਾਵਾ ਤੋਰ ਕੇ ਵਾਪਸ ਆ ਜਾਵਾਂਗਾ। 3 ਦਿਨ ਦੀ ਛੁੱਟੀ ਲੈ ਕੇ ਬਲਵੰਤ ਸਿੰਘ ਨਿਹੰਗ ਸਿੰਘ ਕਾਹਨੂੰ ਵਣ ਦੇ ਸ਼ੰਭ 'ਚੋਂ ਤੁਰਿਆ ਹੈ, ਇਹ ਮੰਜ਼ਿਲ ਨੂੰ ਤੈਅ ਕਰਕੇ ਮਝਾਰੀ ਪਿੰਡ ਆਉਣ ਪਹੁੰਚਿਆ। ਲੋਕ ਇੱਕ ਤਖ਼ਤ ਪੋਸ਼ 'ਤੇ ਬੈਠੇ ਸਨ, ਕੋਲੋਂ ਦੀ ਫਤਿਹ ਬੁਲਾ ਕੇ ਨਿਹੰਗ ਸਿੰਘ ਲੰਘਿਆ। ਇੱਕ ਬੰਦਾ ਤਖ਼ਤ ਪੋਸ਼ 'ਤੇ ਬੈਠਿਆ ਜੋ ਕਹਿੰਦਾ, ਓਏ ਆਹ ਨਿਹੰਗ ਸਿੰਘ ਜੇ ਕੱਲ੍ਹ ਕਿਤੇ ਇੱਥੇ ਹੁੰਦਾ ਤਾਂ ਸਾਡੇ ਪਿੰਡ ਇਹ ਭਾਣਾ ਨਾ ਵਰਤਦਾ। ਇੱਕ ਕਹਿੰਦਾ ਜੇ ਕੱਲ੍ਹ ਇਹ ਨਿਹੰਗ ਸਿੰਘ ਹੁੰਦਾ ਫੇਰ ਖਾਨ ਇੱਥੇ ਆਉਂਦਾ ਹੀ ਨਾ। ਇਹ ਗੱਲਾਂ ਕਰ ਰਹੇ ਸੀ, ਬਲਵੰਤ ਸਿੰਘ ਨਿਹੰਗ ਸਿੰਘ ਆਪਣੇ ਘਰ ਚਲਿਆ ਗਿਆ। ਸੁੰਨਾ ਪਿਆ ਘਰ ਨੂੰ ਵੇਖਿਆ, ਬੇਰੌਣਕੀ ਜਿਹੀ ਵੇਖੀ, ਮਾਤਾ ਨੂੰ ਸਿਆਣ ਕੇ, ਮਾਤਾ ਜੀ ਕੀ ਮੈਂ ਮਕਲਾਵੇ ਦਾ ਦਿਨ ਭੁੱਲ ਗਿਆ? ਕਹਿੰਦੀ ਨਹੀਂ ਪੁੱਤਰਾ, ਤੂੰ ਮਕਲਾਵੇ ਦਾ ਦਿਨ ਤਾਂ ਨਹੀਂ ਭੁੱਲਿਆ। ਕਹਿੰਦਾ ਫਿਰ ਘਰ ਵਿੱਚ ਰੌਣਕ ਕੋਈ ਨਹੀਂ? ਕਹਿੰਦੀ ਭੈਣ ਤੇਰੀ ਐਸੇ ਮਕਲਾਵੇ ਗਈ ਹੈ ਜਿੱਥੋਂ ਵਾਪਸ ਨਹੀਂ ਆ ਸਕਦੀ। ਬਲਵੰਤ ਸਿੰਘ ਕਹਿੰਦਾ ਇਹਦਾ ਮਤਲਬ ਮੇਰੀ ਭੈਣ ਮਰ ਗਈ ਆ? ਕਹਿੰਦੀ ਪੁੱਤਰਾ ਮਰੀ ਤਾਂ ਨਹੀਂ, ਮਰਿਆਂ ਤੋਂ ਗਾਂਹ ਹੋ ਗਈ ਆ ਗੱਲ। ਕਹਿੰਦਾ ਉਹ ਗੱਲ ਕਿਹੜੀ ਆ ਜਿਹੜੀ ਮਰਿਆਂ ਤੋਂ ਪਰਾਂ ਹੈ? ਬਲਵੰਤ ਸਿੰਘ ਦੀ ਮਾਤਾ ਦੁੱਖਾਂ ਭਰੀ ਕਹਾਣੀ ਆਪਣੇ ਪੁੱਤਰ ਨੂੰ ਦੱਸਦੀ ਹੈ, ਉਸ ਵੇਲੇ ਦੀ ਦੁੱਖ ਭਰੀ ਕਹਾਣੀ ਮੇਰੇ ਸਾਥੀ ਐਂ ਬਿਆਨ ਕਰ ਰਹੇ ਹਨ, ਸੁਣੀਏ। ਪੁੱਛਿਆ ਹਾਲ ਜਦੋਂ ਬਲਵੰਤ ਸਿੰਘ ਨੇ ਸ੍ਰਿਸ਼ਟੀ ਦਾ, ਸਹੁਰੇ ਕਿਉਂ ਤੋਰਿਆ ਮੈਨੂੰ ਮਿਲਣਾ ਚਾਹੁੰਦੀ ਨੂੰ,
ਪਿੱਛੋਂ ਪੁੱਜਾ ਭੁੱਲ ਕੇ ਦਿਨ ਮੁਕਲਾਵੇ ਦਾ ਉਹ ਛੋਟੇ ਵੀਰ ਵਾਸਤੇ ਪੋਟੇ ਨੇਤਕ ਸੌਂਦੀ ਨੂੰ ਬੀਤੀ ਕਿਵੇਂ ਕਿਹੜਾ ਦਿਨ ਸੀ ਪ੍ਰਾਹੁਣਾ ਕਿਹੋ ਜਿਹਾ ਉਹ ਖੁਸ਼ ਨਹੀਂ ਕਰ ਸਕਦਾ ਕੋਈ ਦੁਨੀਆ ਚੋਬਾ ਲਾਉਂਦੀ ਨੂੰ ਦੱਸੋ ਚੁੱਪ ਕਰੇ ਕਿਉਂ ਜਾਪ ਰਹੀ ਬੇਰੌਣਕ ਜਈ ਉਹ ਤੱਕ ਕੇ ਖੁਸ਼ ਨਹੀਂ ਹੁੰਦੇ ਖਲਕਤ ਖੁਸ਼ੀ ਮਨਾਉਂਦੀ ਨੂੰ ਭਗਤਾਂ ਦੇਸ਼ ਦਿਆਂ ਨੂੰ ਰਾਤਾਂ ਬੀਤਣ ਜੰਗਲਾਂ ਚ ਸੱਚ ਆਖਾਂ ਭਗਤਾਂ ਦੇਸ਼ ਦਿਆਂ ਨੂੰ ਰਾਤਾਂ ਬੀਤਣ ਜੰਗਲਾਂ ਚ ਉਹ ਵੇਖਣ ਜੋ ਸਰਕਾਰੀ ਟੋਲੀ ਜ਼ੁਲਮ ਕਮਾਉਂਦੀ ਨੂੰ ਕੀਤੀ ਸ਼ੁਰੂ ਕਹਾਣੀ ਪੁੱਤ ਦੀ ਗੱਲ ਸੁਣ ਮਾਤਾ ਨੇ ਕਹਿੰਦੀ ਖਾਨ ਲੈ ਗਿਆ ਭੈਣ ਕੀਰ ਨੇ ਪਾਉਂਦੀ ਨੂੰ ਸੱਚ ਆਖਾਂ ਕਹਿੰਦੀ ਖਾਨ ਲੈ ਗਿਆ ਭੈਣ ਕੀਰ ਨੇ ਪਾਉਂਦੀ ਨੂੰ ਤੇਰੀ ਭੈਣ ਗਈ ਸੀ ਫਿਰਨ ਤੁਰਨ ਲਈ ਭੈਣਾ ਨਾ ਖੂਨੀ ਸ਼ੇਰ ਪੈ ਗਿਆ ਵੇ ਵਾਪਸ ਮੁੜ ਆਉਂਦੀ ਨੂੰ ਸਾਡੇ ਪਿੰਡ ਸੁਣੀ ਦਾ ਕਿਤਿਓਂ ਖਬ ਕੇ ਆਇਆ ਸੀ ਉਹ ਰੋਣਾ ਪੱਲੇ ਪਾਤਾ ਖੁਸ਼ੀ ਚਟਾਰਾ ਲਾਉਂਦੀ ਨੂੰ ਵਾਪਸ ਮੋੜ ਦਿੱਤਾ ਹੁਣ ਮੰਨੀ ਨਹੀਂ ਪੰਚਾਇਤ ਦੀ ਸੱਚ ਆਖਾਂ ਵਾਪਸ ਮੋੜ ਦਿੱਤਾ ਹੁਣ ਮੰਨੀ ਨਹੀਂ ਪੰਚਾਇਤ ਦੀ ਉਹ ਕੁਦ ਕੁਦ ਪੈਂਦਾ ਰਿਹਾ ਉਹ ਜੋੜੇ ਹੱਥ ਵਿਖਾਉਂਦੀ ਨੂੰ ਕੋਈ ਇਨਸਾਫ ਨਹੀਂ ਵੇ ਅੰਨੀ ਪਈ ਕਚਹਿਰੀ ਚ ਉਹ ਬੇਟਾ ਵਾਪਸ ਜਾ ਮਿਲ ਸਿੱਖੀ ਰਾਹਤ ਕਾਉਂਦੀ ਨੂੰ ਜੇ ਸਿੱਖ ਆਇਆ ਸੁਣਿਆ ਖਾਨ ਮਾਰ ਦੂ ਸਾਨੂੰ ਵੀ ਉਹ ਜੀਣ ਦੇ ਬੇਟਾ ਬੁੱਢੜੀ ਮਰ ਕੇ ਚੱਟ ਲੰਘਾਉਂਦੀ ਨੂੰ ਖਾਨਾ ਡੌਂਡੀ ਪਿੱਟੀ ਜੂੰਦੇ ਨਹੀਂ ਸਿੰਘ ਰਹਿਣ ਦੇਣੇ ਉਹ ਕੋਈ ਸਰਕਾਰ ਨੂੰ ਰੋਕ ਨਹੀਂ ਸਕਦਾ ਆਤਮ ਚਾਉਂਦੀ ਨੂੰ ਕੋਈ ਇਨਸਾਫ ਨਹੀਂ ਵੇ ਅੰਨੀ ਪਈ ਕਚਹਿਰੀ ਚ ਸੱਚ ਆਖਾਂ ਕੋਈ ਇਨਸਾਫ ਨਹੀਂ ਵੇ ਅੰਨੀ ਪਈ ਕਚਹਿਰੀ ਚ ਉਹ ਮਾਤਾ ਕਿਸੇ ਨੀ ਡਿੱਠਾ ਅਣਖ ਨੂੰ ਸੀਸ ਚ ਕਾਉਂਦੀ ਨੂੰ ਇਹ ਬਲਵੰਤ ਸਿੰਘ ਨੇ ਗੱਲ ਸੁਣੀ ਜਾਂ ਮਾਤਾ ਤੂੰ ਉਹ ਮਾਤਾ ਕਿਸੇ ਨੀ ਡਿੱਠਾ ਅਣਖ ਨੂੰ ਸੀਸ ਚ ਕਾਉਂਦੀ ਨੂੰ ਚਿਹਰਾ ਲਾਲ ਹੋ ਗਿਆ ਬਣੇ ਅੰਗਾਰੇ ਅੱਖਾਂ ਦੇ ਮੈਂ ਸਦਕੇ ਚਿਹਰਾ ਲਾਲ ਹੋ ਗਿਆ ਬਣੇ ਅੰਗਾਰੇ ਅੱਖਾਂ ਦੇ ਉਹ ਲੱਗਾ ਸਿਮਰਨ ਬਾਣੀ ਸੱਚ ਦੀ ਬਾਤ ਬਤਾਉਂਦੀ ਨੂੰ ਡੋਲੇ ਫਰਕੇ ਅੰਦਰ ਟੁੰਬਿਆ ਦੇਸ਼ ਦੀ ਸੇਵਾ ਨੇ ਉਹ ਆਪਣੇ ਲਾਡਲਿਆਂ ਨੂੰ ਸੂਲੀ ਉੱਤੇ ਨਚਾਉਂਦੀ ਨੂੰ ਕਹਿੰਦਾ ਜੂੰਦਾ ਰਿਹਾ ਤਾਂ ਭੈਣ ਨੂੰ ਲੈ ਕੇ ਆਵਾਂਗਾ ਸੱਚ ਆਖਾਂ ਕਹਿੰਦਾ ਜੂੰਦਾ ਰਿਹਾ ਤਾਂ ਭੈਣ ਨੂੰ ਲੈ ਕੇ ਆਵਾਂਗਾ ਉਹ ਨਹੀਂ ਤਾਂ ਸੀਸ ਦੀ ਫੇਟਾ ਚਾੜਾਂ ਭੈਣ ਤੇ ਆਉਂਦੀ ਨੂੰ ਸੱਚ ਆਖਾਂ ਨਹੀਂ ਤਾਂ ਸੀਸ ਦੀ ਫੇਟਾ ਚਾੜਾਂ ਭੈਣ ਤੇ ਆਉਂਦੀ ਨੂੰ ਘੋੜਾ ਮੋੜ ਕੇ ਜੋਗੀ ਤੁਰ ਪਿਆ ਉਸੇ ਪਾਸੇ ਨੂੰ ਉਹ ਚੱਲਿਆ ਮਿਲਣ ਵਾਸਤੇ ਕੌਮੀ ਲੇਖ ਲਿਖਾਉਂਦੀ ਨੂੰ ਮਾਤਾ ਦੇ ਕੰਬਦਿਆਂ ਹੱਥਾਂ ਵਿੱਚੋਂ ਵਾਗਾਂ ਛਡਾ ਕੇ ਘੋੜੇ ਦੀਆਂ ਬਲਵੰਤ ਸਿੰਘ ਉਸ ਪਾਸੇ ਨੂੰ ਤੁਰ ਪਿਆ ਜਿੱਧਰ ਇਹਦੀ ਭੈਣ ਦੇ ਲੈ ਜਾਣ ਦੀ ਦੱਸ ਪਈ ਸੀ ਉੱਧਰ ਆਓ ਪਤਾ ਕਰੀਏ ਬੀਬੀ ਸੁੰਦਰੀ ਨਾਲ ਕੀ ਬੀਤੀ ਇਹਨ ਬੈਠੀ ਬੈਠੀ ਨੇ ਸੋਚਿਆ ਕੋਈ ਹਿੰਮਤ ਕਰਨੀ ਚਾਹੀਦੀ ਹੈ ਕੋਈ ਜੁਗਤੀ ਬਣਾਉਣੀ ਚਾਹੀਦੀ ਹੈ ਕੋਈ ਢੰਗ ਵਰਤਣਾ ਚਾਹੀਦਾ ਇਹਨੇ ਵਿਉਂਤ ਬਣਾ ਕੇ ਆਖਿਆ ਖਾਨ ਜੀ ਮੈਂ ਪਾਣੀ ਪੀਣਾ ਚਾਹੁੰਦੀ ਹਾਂ ਮੈਂ ਵਰਤ ਤੋੜਨਾ ਮੈਂ ਇਹ ਸੋਚਣਾ ਭਈ ਤੁਹਾਡਾ ਦੀਨ ਮੰਨਣਾ ਕਿ ਮਰਨਾ ਇਸ ਲਈ ਮੈਨੂੰ ਬਿਆਸ ਨਦੀ ਦਾ ਪਾਣੀ ਲਿਆ ਦਿਓ ਮੈਂ ਬਿਆਸ ਨਦੀ ਦੇ ਪਾਣੀ ਨਾਲ ਆਪਣਾ ਮੂੰਹ ਸੁੱਚਾ ਕਰਕੇ ਮਨ ਵਿੱਚ ਬਿਉਂਤ ਬਣਾ ਕੇ ਫਿਰ ਤੁਹਾਨੂੰ ਕੋਈ ਦੱਸਾਂਗੀ ਹੰਕਾਰੀ ਖਾਨ ਆਪਣੇ ਨੌਕਰਾਂ ਨੂੰ ਪੱਕੀ ਕਰਕੇ ਧਿਆਨ ਰੱਖਿਓ ਬਈ ਇਹ ਮੁਰਗੀ ਕਿਤੇ ਖਿਸਕ ਨਾ ਜਾਏ ਤਾਸ਼ ਖੇਡਦੇ ਨੇ ਇਹਦੇ ਨੌਕਰ ਆਪਣੇ ਧਿਆਨ ਵਿੱਚ ਘੋੜੇ 'ਤੇ ਚੜਿਆ ਖਾਨ
ਬਿਆਸ ਨਦੀ ਦਾ ਪਾਣੀ ਲੈਣ ਚਲਿਆ ਗਿਆ ਹੈ। ਬਵਰਚੀਖਾਨੇ ਦੀਆਂ ਲੱਕੜਾਂ ਪਈਆਂ ਸੀ ਕੋਲ, ਸੁੰਦਰੀ ਨੇ ਕੀਤੀਆਂ ਇਕੱਠੀਆਂ। ਮਨ ਵਿੱਚ ਸੋਚਿਆ ਮਨਾ ਧਰਮ ਰੱਖ ਲੈਣਾ ਚਾਹੀਦਾ ਹੈ, ਇਸ ਵਾਸਤੇ ਲੱਕੜਾਂ ਇਕੱਠੀਆਂ ਕਰਕੇ ਇੱਕ ਚਿਖਾ ਬਣਾਈ ਹੈ ਸੁੰਦਰੀ ਨੇ। ਉੱਪਰ ਬੈਠੀ ਹੈ ਚਿਖਾ, ਘਾਹ ਰੱਖਿਆ ਸੁੱਕਾ ਹੋਇਆ, ਵਿੱਚ ਵਿੱਚ ਅੱਗ ਦੀ ਅਗਿਆਰੀ ਰੱਖੀ ਹੈ, ਧੁਖ ਰਹੀ ਹੈ ਅੱਗ। ਸੁੰਦਰੀ ਚਿਖਾ 'ਤੇ ਬੈਠੀ ਆਪਣੇ ਵੀਰ ਨੂੰ ਯਾਦ ਕਰਦੀ ਹੈ। ਉਹ ਦੂਸਰੇ ਪਾਸੇ ਇਹਦਾ ਵੀਰ ਮਿਲਣ ਲਈ ਆ ਰਿਹਾ ਹੈ। ਸੁਣੋ ਮਿਲਾਪ ਕਿਵੇਂ ਹੁੰਦਾ ਹੈ, ਉਸ ਵੇਲੇ ਦੀ ਕਹਾਣੀ ਮੇਰੇ ਸਾਥੀ ਐਂ ਬਿਆਨ ਕਰ ਰਹੇ ਨੇ ਜੀ, ਸੁਣੀਏ। ਸੀ ਲੱਕੜਾਂ ਤੁਹ ਰਹੀਆਂ ਕਰਦੀ ਅੱਗ ਬਾਲਣ ਦੀ ਤਿਆਰੀ, ਸੀ ਤੌਂਦੀ ਸਤਿਗੁਰ ਨੂੰ ਬੈਠੀ ਚਿਖਾ ਤੇ ਭੈਣ ਪਿਆਰੀ। ਸੱਚ ਦਿਲ ਸਰਸਤੀ ਨੇ ਇੱਕ ਮਨ ਹੋ ਅਰਦਾਸ ਗੁਜਾਰੀ, ਆ ਵੀਰਾ ਮਿਲ ਲਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਸਿੰਘਾਦ ਸਮੇਸ਼ ਦਿਆ ਭੈਣ ਨਹੀਂ ਲਾਜ ਧਰਮ ਨੂੰ ਲਾਉਂਦੀ, ਅੱਜ ਵੇਲੇ ਆਖਰ ਦੇ ਬਸ ਇੱਕ ਤੈਨੂੰ ਮਿਲਣਾ ਚਾਹੁੰਦੀ। ਉਹ ਬਸ ਤੇਰੇ ਦਰਸ਼ਨ ਲਈ ਦਿਲ ਵਿੱਚ ਰੀਝ ਭੈਣ ਨੇ ਥਾਰੀ, ਆ ਵੀਰਾ ਮਿਲ ਲਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਗੈਰਤ ਤੋਂ ਹੀਣੇ ਜੋ, ਗੈਰਤ ਤੋਂ ਹੀਣੇ ਜੋ, ਮਾਂ ਪਿਓ ਤੁਰ ਗਿਆ ਰੋਕੁਰ ਲਾ ਕੇ, ਇਸ ਜਾਬਰ ਬਾਜ ਕੋਲੋਂ ਛਡਾਵੇ ਕੌਣ ਕੂੰਜ ਨੂੰ ਆ ਕੇ। ਦੁਖੀਆਂ ਤਾਣਿਆਂ ਦੇ ਸਿਰ ਤੇ ਚੱਲੇ ਕੈਰ ਦੀ ਆਰੀ, ਆ ਵੀਰਾ ਮਿਲ ਲਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਕੋਈ ਸੁਣੇ ਨਾ ਦੁਖੀਆਂ ਦੀ ਡਾਢੇ ਵਾਰ ਮਾੜੇ ਤੇ ਕਰਦੇ, ਹਾਕਮ ਜਰਵਾਣਿਆਂ ਤੋਂ ਲੱਖਾਂ ਲੋਕ ਬਦੋਸ਼ੇ ਮਰਦੇ। ਤੁਲਸੀ ਦੀ ਜੋਬਨ ਤੇ ਕਈਆਂ ਦੀ ਜੀਵਨ ਮਹਿਕ ਕਿਆਰੀ, ਆ ਵੀਰਾ ਮਿਲ ਲਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਜਰਨੈਲਾ ਪੰਥ ਦਿਆ, ਜਰਨੈਲਾ ਪੰਥ ਦਿਆ, ਸੁਣ ਲੈ ਅੱਜ ਭੈਣ ਦੇ ਹਾਰੇ, ਮੈਂ ਧਰਮ ਬਚਾਉਣ ਲੱਗੀ ਛੱਡ ਕੇ ਜੀਣ ਦੇ ਕੁੱਲ ਪਵਾਰੇ। ਮੈਂ ਪ੍ਰਾਣ ਤਿਆਗ ਦਿਆਂ ਆ ਕੇ ਦੇ ਦਰਸ਼ਨ ਇੱਕ ਵਾਰੀ, ਆ ਵੀਰਾ ਮਿਲ ਲਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਕਹਿੰਦੀ ਮੈਂ ਫਸ ਗਈ ਵੇ ਹਰਨੀ ਬੋਰ ਦੇ ਵਿੱਚ ਇਕੱਲੀ, ਮੈਂ ਚਾਰੇ ਕਰ ਰਹੀ ਹਾਂ ਹੁਣ ਤੱਕ ਕੋਈ ਪੇਸ਼ ਨਹੀਂ ਚੱਲੀ। ਖੂਹ ਦੇ ਵਿੱਚ ਪੈ ਗਈ ਵੇ ਮੇਰੀ ਹਾਰ ਸ਼ਿੰਗਾਰ ਪਟਾਰੀ, ਆ ਵੀਰਾ ਮਿਲ ਲਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਤੇਰਾ ਕੁਲਵੰਤ ਭਰਾ ਧੱਕੇ ਗਿਆ ਖਾਨ ਤੋਂ ਖਾ ਕੇ, ਮੈਂ ਜੂੰਦੀ ਰਹਿਣਾ ਨਹੀਂ ਮੈਂ ਪੋ ਗਲ ਵਿੱਚ ਬਾਹਾਂ ਪਾ ਕੇ। ਅਰਦਾਸਾਂ ਨੇ ਤੁਹਾਡੀ ਬਣੀ ਰਹੇ ਸਰਦਾਰੀ, ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਜਾਬਰ ਨੂੰ ਜਬਰ ਵੱਲੋਂ ਸਕਦੇ ਰੋਕ ਗੁਰਾਂ ਦੇ ਫੌਜੀ, ਜੋ ਮਾੜਾ ਹੁਕਮ ਹੋਵੇ ਸਕਦੇ ਟੋਕ ਗੁਰਾਂ ਦੇ ਫੌਜੀ। ਨਹੀਂ ਬਚਦੇ ਧਰਮ ਗਿਆ ਸੂਰਮੇ ਚੱਲਦੇ ਚਾਲ ਨਿਆਰੀ, ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਆਵੇ ਬਲਵੰਤ ਸਿੰਘਾ, ਆਵੇ ਬਲਵੰਤ ਸਿੰਘਾ, ਸੁੰਦਰੀ ਭੈਣ ਮਾਰਦੀ ਵਾਜਾਂ, ਮੈਂ ਆਖਾਂ ਸਤਿਗੁਰ ਨੂੰ ਮੇਰੀਆਂ ਅੱਜ ਬਚਾ ਲੈ ਲਾਜਾਂ। ਜੋ ਚੱਲੇ ਮਾੜੇ ਤੇ ਟੋਟੇ ਹੋ ਜੇ ਤੇਗ ਨਕਾਰੀ, ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਤੱਕ ਤਾਸ਼ਾਂ ਖੇਡ ਰਹੇ ਬੈਠੇ ਖਾਰ ਹੈਂਕੜੀ ਮੋਟੇ,
ਤੱਕ ਰੱਬ ਭੁਲਾ ਬੈਠੇ ਆ ਜਾ ਕਰ ਇਹਨਾਂ ਦੇ ਟੋਟੇ ਪੁਨਕ ਬਾਬਾ ਨੂੰ ਬੈਠੇ ਮਾਰ ਸ਼ਿਕਾਰ ਸ਼ਿਕਾਰੀ ਆ ਵੀਰਾ ਮਿਲ ਲਾਵੇ ਭੈਣ ਨੂੰ ਅੱਜ ਅੰਤ ਦੀ ਵਾਰੀ ਇਹਨੇ ਨੂੰ ਕਿਵੇਂ ਦੀ ਆ ਇੱਕ ਸਿੰਘ ਘੋੜੇ ਚੜ ਆਇਆ ਸ੍ਰਿਸ਼ਟੀ ਨੇ ਸਿਆਣ ਲਿਆ ਕਹਿੰਦੀ ਆ ਮਿਲਵੇ ਮਾਂ ਜਾਇਆ ਦਲਬੀਰੇ ਗੁਰਮੁਖ ਨੂੰ ਜੋਗੀ ਵਾਜ ਦਿਲੋਂ ਲੈ ਮਾਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ ਅਜੇ ਅੱਗ ਨਹੀਂ ਸੀ ਬਲੀ ਬਲਵੰਤ ਸਿੰਘ ਦਾ ਘੋੜਾ ਚਿਖਾ ਦੇ ਕੋਲ ਪਹੁੰਚ ਗਿਆ ਚਿਖਾ 'ਤੇ ਬੈਠੀ ਸੁੰਦਰੀ ਨੂੰ ਵੇਖਿਆ ਕਹਿੰਦਾ ਭੈਣੇ ਸ਼ੁਦੈਣੇ ਇਹ ਕੀ ਕਰਨ ਲੱਗੀ ਹੈ ਆਤਮ ਹੱਤਿਆ ਕਰਨ ਲੱਗੀ ਹੈ ਜਦੋਂ ਭੈਣ ਨੇ ਵੀਰ ਦੇ ਬੋਲ ਸੁਣੇ ਕੀਤੇ ਦਰਸ਼ਨ ਵੀਰ ਦੇ ਚਿੱਤ ਨੇ ਆਖਿਆ ਉੱਠ ਕੇ ਗਲ ਵਕੜੀ ਪਾ ਕੇ ਮਿਲ ਦੂਜੇ ਮਨ ਨੇ ਆਖਿਆ ਭੋਲੀਏ ਜੇ ਉਹਨਿਆਂ ਚਿਰਾਂ ਨੂੰ ਖਾਣ ਪਾਣੀ ਲੈ ਕੇ ਆ ਗਿਆ ਤੇਰੇ ਵੀਰ ਨਾਲ ਮੁਕਾਬਲਾ ਹੋਵੇਗਾ ਤੂੰ ਕਮਸਾਨ ਹੁੰਦਾ ਵੇਖੇਂਗੀ ਹੋ ਸਕਦਾ ਤੇਰਾ ਵੀਰ ਖਾਨ ਤੋਂ ਮਾਰਿਆ ਜਾਏ ਹੋ ਸਕਦਾ ਤੇਰਾ ਵੀਰ ਖਾਨ ਨੂੰ ਮਾਰੇ ਇਹ ਵੇਖਣ ਤੋਂ ਪਹਿਲਾਂ ਤੈਨੂੰ ਸੰਸਾਰ ਛੱਡ ਜਾਣਾ ਚਾਹੀਦਾ ਕਹਿੰਦੀ ਵੇ ਵੀਰਾ ਚਲਿਆ ਜਾ ਮੈਨੂੰ ਮੱਚ ਜਾਣ ਦੇ ਬਲਵੰਤ ਸਿੰਘ ਨੇ ਆਖਿਆ ਭੈਣੇ ਸ਼ਦੈਣੇ ਜੇ ਤੂੰ ਚਿਖਾ 'ਚ ਮੱਚਣਾ ਮੈਂ ਵੀ ਨਾਲ ਮਚਾਂਗਾ ਵੀਰ ਦਾ ਹੁਕਮ ਮੰਨ ਕੇ ਭੈਣ ਉੱਠੀ ਹੈ ਕਲਵੱਕੜੀ ਪਾਈ ਹੈ ਵੀਰ ਨੂੰ ਚੜਾ ਕੇ ਆਪਣੇ ਘੋੜੇ 'ਤੇ ਬਲਵੰਤ ਸਿੰਘ ਸੁੰਦਰੀ ਨੂੰ ਲੈ ਕੇ ਪਿੰਡ ਮਝਾਰੀ ਪਹੁੰਚ ਗਿਆ ਜਦੋਂ ਮਾਂ ਨੇ ਵੇਖਿਆ ਇਹਨੇ ਖੁਸ਼ੀ ਨਹੀਂ ਕੀਤੀ ਰੋ ਕੇ ਕਹਿੰਦੀ ਵੇ ਬਲਵੰਤ ਤੇਰੇ ਕੋਲੋਂ ਕੋਈ ਜ਼ਿੰਦਗੀ 'ਚ ਚੱਜ ਦਾ ਕੰਮ ਹੋਣਾ ਹੀ ਨਹੀਂ ਅਸੀਂ ਰੋ ਧੋ ਬੈਠੇ ਸਾਂ ਅਸੀਂ ਹਿਰਖ ਕਰ ਬੈਠੇ ਸਾਂ ਤੂੰ ਇਸ ਹੋਣੀ ਨੂੰ ਫਿਰ ਲੈ ਆ ਖਾਨ ਨੂੰ ਫਿਰ ਪਤਾ ਲੱਗ ਜਾਣਾ ਸਾਡੇ ਪਰਿਵਾਰ ਨੂੰ ਖਤਮ ਕਰ ਦੇਵੇਗਾ ਭੈਣ ਰੋਈ ਹੈ ਵੀਰ ਭੈਣ ਨੂੰ ਨਾਲ ਲੈ ਕੇ ਛੱਡ ਕੇ ਮਝਾਰੀ ਪਿੰਡ ਨੂੰ ਕਾਨੂੰਵਣ ਦੇ ਸ਼ੰਭ ਨੂੰ ਤੁਰ ਪਿਆ ਇੱਧਰ ਕਾਨੂੰਵਣ ਦੇ ਸ਼ੰਭ 'ਚ ਪਹੁੰਚ ਕੇ ਇੱਕ ਚੌਂਕ 'ਚ ਕੀ ਵੇਖਦਾ ਚੰਦ ਕੁ ਮਿੰਟ ਪਹਿਲੋਂ ਇੱਥੇ ਘਮਸਾਨ ਦੀ ਲੜਾਈ ਹੋਈ ਹੈ ਕੁਝ ਸਿੱਖ ਸ਼ਹੀਦ ਹੋਏ ਪਏ ਨੇ ਕੁਝ ਜ਼ਖਮੀ ਪਏ ਨੇ ਉਤਰਿਆ ਬਲਵੰਤ ਸਿੰਘ ਅਤੇ ਸੁੰਦਰੀ ਘੋੜੇ ਤੋਂ ਇਹ ਜ਼ਖਮੀਆਂ ਦੀ ਸੇਵਾ ਵਿੱਚ ਰੁੱਝ ਗਏ ਇਹਨਾਂ ਜ਼ਖਮੀਆਂ ਨੂੰ ਪਛਾਣ ਕੇ ਇਹਨਾਂ ਦੀ ਮਰਮ ਪੱਟੀ ਕੀਤੀ ਆ ਇਹਨਾਂ ਨੂੰ ਲੈ ਕੇ ਅੱਗੇ ਤੁਰਨਗੇ ਆਓ ਉੱਧਰ ਵੇਖੀਏ ਖਾਨ ਆ ਗਿਆ ਪਾਣੀ ਲੈ ਕੇ ਚਿਖਾ ਬਲਦੀ ਵੇਖੀ ਹੈ ਕਹਿੰਦਾ ਹਿੰਦੂਆਂ ਦੀ ਲੜਕੀ ਆਪਣਾ ਧਰਮ ਰੱਖ ਗਈ ਚਿਖਾ ਵਿੱਚ ਸੜ ਕੇ ਮਰ ਗਈ ਜਾਪਦੀ ਆ ਇਹਨੇ ਚਿਖਾ ਬੁਝਾ ਕੇ ਫੁਲਵਾਈ ਜਦੋਂ ਕੋਈ ਹੱਡੀ ਨਜ਼ਰ ਨਹੀਂ ਆਈ ਆਪਣੇ ਨੌਕਰਾਂ ਨੂੰ ਕਹਿੰਦਾ ਧੋਖਾ ਹੋ ਗਿਆ ਲੈ ਕੇ ਨੌਕਰਾਂ ਨੂੰ ਸੁੰਦਰੀ ਨੂੰ ਲੱਭਣ ਚੜ੍ਹਦਾ ਜਿਵੇਂ ਖਾਨ ਸੁੰਦਰੀ ਨੂੰ ਲੱਭਣ ਚੜ੍ਹਦਾ ਉਸ ਵੇਲੇ ਦਾ ਸੀਨ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ ਸੁਣੀਏ ਖਾਨ ਹਟੇ ਜਾਂ ਤਾਸ਼ ਖੇਡ ਕੇ ਅਗਲੀ ਮੰਜ਼ਲੇ ਤੁਰਨ ਲੱਗੇ ਖਾਨਾ ਕੋਲੋਂ ਕੌਣ ਜੋ ਨੱਸੇ ਸਭ ਨੂੰ ਫੁਰਨੇ ਫੁਰਨ ਲੱਗੇ ਤਾਪ ਚੜੇ ਦਾ ਧੋਖਾ ਦੇ ਕੇ ਚੋਰੀ ਹੀ ਨੱਸ ਜਾਣੀ ਨੂੰ ਅੱਬੜ ਵਾਹੇ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ ਉਸੇ ਵੇਲੇ ਕਰਨ ਤਿਆਰੀ ਨਾਰੇ ਲਾਉਂਦੇ ਅੱਲਾ ਦੇ ਜੋ ਮੁਕੇ ਤੇ ਟੁੱਟ ਨਾ ਸਕਣ ਸ਼ਸਤਰ ਲੈ ਤਸੱਲਾ ਦੇ ਬਚ ਕੇ ਜਿਉਂਦੀ ਚਲੀ ਨਾ ਜਾਵੇ ਫੜੋ ਹੁਸਨ ਦੀ ਸਾੜੀ ਨੂੰ ਅੱਬੜ ਵਾਹੇ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ ਬਾਜ ਦੇ ਪੰਜਿਓਂ ਕੂੰਜ ਨਿਕਲ ਗਈ ਬਾਜ ਦੇ ਪੰਜਿਓਂ ਕੂੰਜ ਨਿਕਲ ਗਈ ਜੱਗ ਨੇ ਤਾਨਾ ਦੇਣਾ ਏ ਸਿਰ ਮੋਮਨ ਦਾ ਕਿਸੇ ਮਜ਼ਬ ਦੇ ਅੱਗੇ ਝੁਕਣਾ ਮੇਣਾ ਏ ਜੋ ਕਾਹੁਰ ਨੀ ਤੋੜ ਗਈ ਏ ਗੰਢ ਦਿਆਂਗੇ ਤਾਣੀ ਨੂੰ ਅੱਬੜ ਵਾਹੇ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ ਸ਼ਾਹਾਂ ਦੀ ਲੜਕੀ ਭੱਜ ਨਿਕਲ ਗਈ ਮੋਮਨ ਤੋਂ ਨਾ ਪਾਲੀ ਗਈ ਕਦੇ ਸੋਚ ਅਸਾਂ ਜੋ ਸੋਚੀ ਵਾਰ ਨਾ ਕਰਨੋਂ ਖਾਲੀ ਗਈ ਤਿੰਨ ਪਠਾਣੀ ਚਣੇ ਚਬਾਉਂਦੇ ਸੋ ਬ੍ਰਾਹਮਣ ਦੀ ਢਾਣੀ ਨੂੰ ਅੱਬੜ ਵਾਹੇ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ ਜੋ ਸਿੱਖਾਂ ਦੀ ਮਦਦ ਕਰਨਗੇ ਜੋ ਸਿੱਖਾਂ ਦੀ ਮਦਦ ਕਰਨਗੇ ਸਾੜ ਦਿਆਂਗੇ ਪਿੰਡਾਂ ਨੂੰ ਆਕੀ ਫਾਕੀ ਰਹਿਣ ਨਹੀਂ ਦੇਣੇ ਉਜਾੜ ਦਿਆਂਗੇ ਪਿੰਡਾਂ ਨੂੰ ਉਹ ਕੋਈ ਸਾਡੇ ਨਾਲ ਮੱਥਾ ਲਾ ਕੇ ਮੰਗ ਨਹੀਂ ਸਕਦਾ ਪਾਣੀ ਨੂੰ ਜਿਉਂਦੇ ਰਹੋ ਮੁੰਡਿਓ
ਕੋਈ ਸਾਡੇ ਨਾਲ ਮੱਥਾ ਲਾ ਕੇ ਮੰਗ ਨਹੀਂ ਸਕਿਆ ਪਾਣੀ ਨੂੰ ਅੱਬੜ ਵਾਹੇ ਮੂਮਨ ਆਖਣ ਫੜੋ ਸੁਰਸਤੀ ਰਾਣੀ ਨੂੰ ਪਹਿਲਾਂ ਪਿੰਡੋਂ ਪਾਲੋ ਤੇ ਫਿਰ ਪਿੱਛਾ ਕਰਕੇ ਪਕੜ ਲੀਏ ਸਾਤੋਂ ਨੱਸ ਕੇ ਜਾ ਨਹੀਂ ਸਕਦੇ ਫੜੋ ਤੇ ਮੁਸ਼ਕਾਂ ਜਕੜ ਲਈਏ ਇੱਕ ਗੱਲ ਤੇ ਸਾਰੇ ਮੜੀਏ ਪੜ ਲੋ ਰਸਮ ਪੁਰਾਣੀ ਨੂੰ ਅੱਬੜ ਵਾਹੇ ਮੂਮਨ ਆਖਣ ਫੜੋ ਸੁਰਸਤੀ ਰਾਣੀ ਨੂੰ ਨਾਰੇ ਲਾ ਕੇ ਚੜੇ ਘੋੜਿਆਂ ਨਾਰੇ ਲਾ ਕੇ ਚੜੇ ਘੋੜਿਆਂ ਬਾਹਾਂ ਦਾ ਬਲ ਵਿਖਾਲਣ ਨੂੰ ਨਸ ਗਈ ਜੋ ਤਾੜ ਕੇ ਵੇਲਾ ਚੱਲੇ ਸੁਰਸਤੀ ਪਾਲਣ ਨੂੰ ਓ ਦੀਨ ਦੇ ਨਾਮ ਤੋਂ ਸਾਰੇ ਮਰੀਏ ਕੱਢ ਦਈਏ ਅੱਖ ਕਾਣੀ ਨੂੰ ਅੱਬੜ ਵਾਹੇ ਮੂਮਨ ਆਖਣ ਫੜੋ ਸੁਰਸਤੀ ਰਾਣੀ ਨੂੰ ਚਾਰ ਚੁਫੇਰੇ ਜਾਣ ਵੇਖਦੇ ਪੈਂਦਾ ਦਿਸੇ ਭਲੇਖਾ ਜਾ ਪਲੋ ਪਲੀ ਤੱਕ ਕਈ ਜਿੰਨਾ ਦਾ ਮੁੱਕਦਾ ਜਾਪੇ ਲੇਖਾ ਜਾ ਉੱਚੇ ਪਾਸੇ ਵੱਲੇ ਜੋਗੀ ਜਾਣ ਨੀ ਦੇਣਾ ਪਾਣੀ ਨੂੰ ਅੱਬੜ ਵਾਹੇ ਮੂਮਨ ਆਖਣ ਫੜੋ ਸੁਰਸਤੀ ਰਾਣੀ ਨੂੰ ਇਹ ਖਾਨਾ ਦਾ ਸਰਕਾਰੀ ਟੋਲਾ ਸ਼ਿਕਾਰੀ ਟੋਲਾ ਲੱਭਦਾ ਸੁੰਦਰੀ ਨੂੰ ਉਸ ਚੌਂਕ ਕੋਲ ਜਾ ਪਹੁੰਚਾ ਹੈ ਜਿੱਥੇ ਬਲਵੰਤ ਸਿੰਘ ਅਤੇ ਸੁੰਦਰੀ ਜ਼ਖਮੀ ਵੀਰਾਂ ਦੀ ਸੇਵਾ ਕਰ ਰਹੇ ਸਨ। ਜਦੋਂ ਚੋਰ ਖਾਨ ਨੂੰ ਲੱਭ ਕੇ ਇਹਨੇ ਲਾਰਾ ਮਾਰਿਆ, ਦਬਕਾ ਮਾਰਿਆ, ਹੁਣ ਨੱਸ ਲਓ ਜਿੱਥੇ ਨੱਸਣਾ। ਬਲਵੰਤ ਸਿੰਘ ਨੇ ਆਖਿਆ, ਸ਼ੇਰ ਨੱਸਦੇ ਨਹੀਂ ਹੁੰਦੇ। ਇਤਿਹਾਸ ਲਿਖਦਾ ਹੈ, ਡਾਕਟਰ ਵੀਰ ਸਿੰਘ ਸਾਹਿਬ ਜੀ ਲਿਖਦੇ ਨੇ, ਕੁਝ ਮੁਕਾਬਲਾ ਕੀਤਾ ਸੁੰਦਰੀ ਅਤੇ ਬਲਵੰਤ ਸਿੰਘ ਨੇ, ਬਹੁਤਿਆਂ ਦਾ ਮੁਕਾਬਲਾ ਥੋੜ੍ਹਿਆਂ ਕੋਲੋਂ ਬਹੁਤਾ ਚਿਰ ਨਾ ਹੋਇਆ, ਜ਼ਖਮੀ ਹੋ ਗਏ ਨੇ ਦੋਵੇਂ ਭੈਣ ਅਤੇ ਭਰਾ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਘੋੜੇ 'ਤੇ ਲੱਦ ਕੇ ਖਾਨ ਨੇ ਜਲੰਧਰ ਦੀ ਜੇਲ੍ਹ ਵਿੱਚ ਲਿਆ ਕੇ ਬੰਦ ਕਰ ਦਿੱਤਾ ਹੈ। ਜਲੰਧਰ ਦੀ ਜੇਲ੍ਹ ਵਿੱਚ ਬੰਦ ਕਰਕੇ ਪ੍ਰੋਗਰਾਮ ਮਿਥਿਆ ਕਿ ਜੁੰਮੇ ਵਾਲੇ ਦਿਨ ਸੁੰਦਰੀ ਦਾ ਨਿਕਾਹ ਧੱਕੇ ਨਾਲ ਪੜ੍ਹਾ ਲਿਆ ਜਾਏਗਾ। ਜੇ ਬਲਵੰਤ ਸਿੰਘ ਨੇ ਦੀਨ ਨਾ ਮੰਨਿਆ ਉਸ ਦਿਨ ਕਤਲ ਕਰ ਦਿੱਤਾ ਜਾਏਗਾ। ਇੱਧਰ ਕਾਹਨੂੰ ਆਉਣਦੇ ਸ਼ੰਭ ਵਿੱਚ ਜਿਸ ਦਿਨ ਚੌਥਾ ਦਿਨ ਆ ਗਿਆ, ਉਸ ਵੇਲੇ ਸ਼ਾਮ ਸਿੰਘ ਨਾਰਲੇ ਵਾਲੇ ਨੇ ਆਪਣੇ ਭਰਾਵਾਂ ਨੂੰ ਇਕੱਠੇ ਕਰਕੇ, ਜਥੇ ਦੇ ਬੰਦਿਆਂ ਨੂੰ ਇਕੱਠੇ ਕਰਕੇ ਕਹਿੰਦਾ, ਓਏ ਮਿੱਤਰੋ, ਬਲਵੰਤ ਸਿੰਘ ਛੁੱਟੀ ਲੈ ਕੇ ਗਿਆ ਸੀ, ਭੈਣ ਦਾ ਮਕਲਾਵਾ ਤੋਰਨ ਲਈ ਗਿਆ ਸੀ, ਉਹ 3 ਦਿਨ ਦੀ ਛੁੱਟੀ ਲੈ ਕੇ ਗਿਆ ਸੀ, ਦਿਨ ਵੱਧ ਗਏ ਨੇ, ਟਾਈਮ ਵੱਧ ਗਿਆ, ਹੋ ਸਕਦਾ ਹੈ ਉਹ ਕਿਸੇ ਬਿਪਤਾ ਵਿੱਚ ਪੈ ਗਿਆ ਹੋਵੇ, ਕੋਈ ਸੂਰਮਾ ਉੱਠੋ ਜਿਹੜਾ ਵੀਰ ਬਲਵੰਤ ਸਿੰਘ ਦੀ ਖਬਰ ਲਿਆ ਕੇ ਇੱਥੇ ਦੇਵੇ। ਜਥੇ ਪ੍ਰਤੀ ਆਪਣੇ ਸੂਰਮਿਆਂ ਨੂੰ ਸ਼ਾਮ ਸਿੰਘ ਨਾਰਲੇ ਵਾਲਾ ਜਿਵੇਂ ਵੰਗਾਰਦਾ, ਉਸ ਵੇਲੇ ਦੀ ਕਹਾਣੀ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ ਜੀ, ਸੁਣੀਏ। ਕੀਤੀ ਅਰਦਾਸ ਜਦੋਂ ਬਾਣੀ ਗੁਰੂ ਨਾਨਕ ਦੀ ਪੜ੍ਹ ਕੇ ਜੈਕਾਰਾ ਛੱਡ ਕੇ ਤੇ ਬੋਲਿਆ ਫਿਰ ਸੰਗਤ ਵਿੱਚ ਖੜ ਕੇ ਸਿੰਘ ਸਦਾਵੇ ਨਾ ਜਿਸਨੇ ਤੁਰਨਾ ਅੱਖ ਨਵਾ ਕੇ ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਕੇ ਛੁੱਟੀ ਲੈ ਕੇ ਉਹ ਮੁੜ ਕੇ ਡਿਊਟੀ ਪਰ ਨਹੀਂ ਆਇਆ ਲਓ ਪਤਾ ਕਿ ਵੈਰੀ ਨੇ ਉਸ ਤੇ ਜਾਲ ਹੋਏ ਨਾ ਪਾਇਆ ਅਮਲੀ ਘੱਟ ਮਰਦੇ ਨੇ ਸੋ ਵੀ ਜ਼ਹਿਰ ਨਹੀਂ ਬਚਦਾ ਖਾ ਕੇ ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਕੇ ਨੀਵੀਂ ਪਾ ਬੈਂਦੇ ਬੈਂਦੇ ਨਹੀਂ ਜਿੰਨਾ ਪਾਰਚਨਾ ਤੋਂ ਜਾਣਾ ਭੁੱਖੇ ਤਾਂ ਮਰ ਜਾਣਗੇ ਪਰ ਨਹੀਂ ਕਾ ਸ਼ੇਰਾਂ ਨੇ ਖਾਣਾ ਕਲਗੀ ਤਰ ਕਹਿੰਦੇ ਨੇ ਸਿੰਘਾ ਤੌਣ ਤੁਰੀ ਅਕੜਾ ਕੇ ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਕੇ ਤਾਂ ਮੁਛ ਨੂੰ ਤਾਂ ਸੁਦਾ ਮੁਛ ਨੂੰ ਤਾਂ ਸੁਦਾ ਜੇਕਰ ਪੱਗ ਨਾ ਦਾਗੀ ਹੋਵੇ ਉਹ ਕੌਮਾਂ ਜੂਦੀਆਂ ਨਹੀਂ ਜਿਨ੍ਹਾਂ ਦੀ ਅਣਖ ਨਾ ਜਾਗੀ ਹੋਵੇ ਸਿਰ ਚੜੇ ਤੂਫਾਨਾਂ ਨੂੰ ਜੋਦੇ ਰੋਕ ਲੈਣ ਇੱਕ ਡਾਗੇ ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਕੇ
ਮਣਾ ਨਹੀਂ ਆਉਣਾ ਜਗ ਨਹੀਂ ਦੂਜੀ ਵਾਰੀ ਮੰਜ਼ਿਲ ਤੇ ਪੁੱਜੇ ਨਹੀਂ ਜਿੰਨਾ ਹਿੰਮਤ ਰਾਹ ਵਿੱਚ ਹਾਰੀ ਓ ਜੇ ਦਿਲ ਵਿੱਚ ਖੋਟ ਹੋਵੇ ਉਤਰੇ ਪਾਪ ਨਾ ਗੰਗਾ ਨਾ ਗੇ ਕੋਈ ਜਾਵੇ ਸੂਰਮਿਓਂ ਦੱਸੇ ਖਬਰ ਵੀਰ ਦੀ ਲਿਆ ਗੇ ਰੋਸ਼ਨ ਹੋ ਜਾਂਦੇ ਜਿਹੜੇ ਕੰਮ ਵਤਨ ਦਾ ਕਰਦੇ ਉਹ ਅਮਰ ਹੋ ਜਾਂਦੇ ਨੇ ਜੋ ਜਨ ਲੋਕਾਂ ਬਦਲੇ ਮਰਦੇ ਕੋਈ ਲੋੜ ਤਾਂ ਦੱਸਾਂਗੇ ਭਈ ਲੋੜ ਤਾਂ ਦੱਸਾਂਗੇ ਰੱਸੇ ਗਲ ਫਾਂਸੀ ਦੇ ਪਾ ਗਏ ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ ਉਂਜ ਨਹੀਂ ਰਹਿ ਸਕਦਾ ਪੈ ਗਿਆ ਕੰਮ ਜ਼ਰੂਰੀ ਰੁਕਿਆ ਕਦੇ ਰੱਜੇ ਦਿਲ ਜਾਣੇ ਕਿਸੇ ਦੀ ਵਸਤੀ ਉੱਤੇ ਨਹੀਂ ਥੁੱਕਿਆ ਸਿੰਘ ਹਾਰ ਨਾ ਮੰਨਦਾ ਏ ਮੱਥਾ ਸਵਾ ਲੱਖ ਨਾਲ ਲਾ ਗਏ ਕੋਈ ਜਾਵੇ ਸੂਰਮਿਓਂ ਦੱਸੇ ਖਬਰ ਵੀਰ ਦੀ ਲਿਆ ਗਏ ਅੰਮ੍ਰਿਤ ਧਾਰੀ ਐ ਕਰਦਾ ਸਦਾ ਧਰਮ ਦੀ ਰਾਖੀ ਉਹ ਹਾਰ ਨਹੀਂ ਖਾ ਸਕਦਾ ਉਸਨੇ ਸਤਿਗੁਰ ਸਮਝਾ ਸਾਖੀ ਉਹ ਸਭ ਦੁਈ ਦਵੈਤਾਂ ਦੇ ਦਿਲ ਚੋਂ ਨਾਮ ਨਿਸ਼ਾਨ ਮਿਟਾ ਕੇ ਕੋਈ ਜਾਵੇ ਸੂਰਮਿਓਂ ਦੱਸੇ ਖਬਰ ਵੀਰ ਦੀ ਲਿਆ ਕੇ ਮੁੱਛ ਨੂੰ ਦੇ ਕੇ ਤੇ ਕੀਤੀ ਨਿਹੰਗ ਸਿੰਘ ਨੇ ਤਿਆਰੀ ਸੀ ਨੀਤੀਵਾਨ ਬੜਾ ਉੱਠਿਆ ਹਰੀ ਸਿੰਘ ਬਲਕਾਰੀ ਜੋਗੀ ਸਿਆ ਗੁਰਮੁਖ ਬਣ ਸੂਰਾ ਤੁਰਿਆ ਭੇਸ ਉਡਾ ਕੇ ਕੋਈ ਜਾਵੇ ਸੂਰਮਿਓਂ ਦੱਸੇ ਖਬਰ ਵੀਰ ਦੀ ਲਿਆ ਕੇ ਹਰੀ ਸਿੰਘ ਸੂਰਮਾ ਇੱਥੋਂ ਤਿਆਰ ਹੋ ਕੇ ਤੁਰ ਪਿਆ ਜਲੰਧਰ ਤੋਂ ਦਿੱਲੀ ਨੂੰ ਜਾਣ ਵਾਲੀ ਸੜਕ 'ਤੇ 3 ਕੁ ਮੀਲ ਦੇ ਫੈਸਲੇ 'ਤੇ ਜਲੰਧਰ ਤੋਂ ਇੱਕ ਕੱਚੀ ਸਰਾਂ ਹੈ ਉਹਦੀ ਸਫਾਈ ਹੁੰਦੀ ਵੇਖੀ ਹੈ ਸੋਚਿਆ ਹਰੀ ਸਿੰਘ ਨੇ ਕੋਈ ਖਾਸ ਕੰਮ ਹੈ ਜਿਸ ਵਾਸਤੇ ਥਾਂ ਸਾਫ਼ ਕੀਤਾ ਜਾ ਰਿਹਾ ਕਿਸੇ ਨੂੰ ਪੁੱਛਦਾ ਭਾਈ ਕੀ ਗੱਲ ਹੈ ਉਹ ਕਹਿੰਦਾ ਬਹੁਤਾ ਤਾਂ ਮੈਨੂੰ ਪਤਾ ਨਹੀਂ ਇੱਥੇ ਇੱਕ ਦਿੱਲੀ ਤੋਂ ਕਾਜੀ ਆਉਣਾ ਹੈ ਇੱਥੇ ਉਹਦਾ ਰਾਤ ਪੜਾਅ ਹੈ ਇੱਥੇ ਰਾਤ ਮੁਜਰਾ ਲੱਗਣਾ ਸਾਰੇ ਇਲਾਕੇ ਨੇ ਇੱਥੇ ਇਕੱਠਿਆਂ ਹੋਣਾ ਹਰੀ ਸਿੰਘ ਇੱਥੇ ਲੇਟ ਗਿਆ ਪਣਗਾ ਲੈ ਕੇ ਵੀ ਜਦ ਲੋਕ ਇਕੱਠੇ ਹੋਣਗੇ ਮੈਨੂੰ ਰਿਪੋਰਟ ਮਿਲ ਜਾਏਗੀ ਪੈ ਗਈ ਆ ਰਾਤ ਆ ਗਿਆ ਦਿੱਲੀ ਤੋਂ ਕਾਜੀ ਮੁਜਰਾ ਸ਼ੁਰੂ ਹੋਇਆ ਮੁਜਰਾ ਖਤਮ ਹੋਇਆ ਸਾਰੇ ਆਪੋ ਆਪਣੀ ਥਾਂ ਸੌਣ ਲੱਗੇ ਹਰੀ ਸਿੰਘ ਦੇ ਪੈਰਾਂ ਵੱਲੇ ਦੋ ਸਿਪਾਹੀ ਬੈਠੇ ਨੇ ਇੱਕ ਕਹਿੰਦਾ ਵੇਖਿਆ ਜੋਰਾਵਰਾਂ ਦਾ 700 ਦੂਜਾ ਆਉਂਦਾ ਕਿਵੇਂ ਕਹਿੰਦਾ ਹਿੰਦੂਆਂ ਦੀ ਲੜਕੀ ਆ ਜਿਹੜੀ ਖਾਨ ਨੇ ਫੜੀ ਹੈ ਇੱਕ ਵਾਰਾਂ ਲੈ ਗਿਆ ਸੀ ਇਹਦਾ ਭਰਾ ਖਾਨ ਨੇ ਪਿੱਛਾ ਕਰਕੇ ਫੜ ਕੇ ਲਿਆਂਦੀ ਹੈ ਹੁਣ ਜੁੰਮੇ ਵਾਲੇ ਦਿਨ ਨਿਕਾਹ ਭਰਿਆ ਜਾਣਾ ਜੇ ਤਾਂ ਇਹਨੇ ਦੀਨ ਮੰਨ ਲਿਆ ਤਾਂ ਚੰਗੀ ਰਹੇਗੀ ਨਹੀਂ ਤਾਂ ਮਾਰੀ ਜਾਏਗੀ ਇਹਦਾ ਵੀਰ ਨਾਲ ਹੈ ਜੇ ਤਾਂ ਉਹਨੇ ਈਨ ਮੰਨ ਲਿਆ ਉਹ ਬਚ ਰਹੇਗਾ ਨਹੀਂ ਤਾਂ ਖਤਮ ਕਰ ਦਿੱਤਾ ਜਾਏਗਾ ਸੁਣ ਕੇ ਗੱਲ ਹਰੀ ਸਿੰਘ ਤੁਰਿਆ ਹੈ ਤੜਕੇ ਇੱਥੋਂ ਕਾਨੂੰਨ ਦੇ ਸ਼ੰਭ ਵਿੱਚ ਪਹੁੰਚ ਗਿਆ ਆ ਕੇ ਸਾਰੀ ਕਹਾਣੀ ਦੱਸੀ ਹੈ ਕਿ ਵੀਰ ਬਲਵੰਤ ਸਿੰਘ ਅਤੇ ਸੁੰਦਰੀ ਜਲੰਧਰ ਦੀ ਜੇਲ੍ਹ ਵਿੱਚ ਹੈ ਜੇ ਖਾਲਸਾ ਨਾ ਪਹੁੰਚਿਆ ਤਾਂ ਬਲਵੰਤ ਸਿੰਘ ਅਤੇ ਸੁੰਦਰੀ ਨੂੰ ਖਤਮ ਕਰ ਦਿੱਤਾ ਜਾਏਗਾ ਸਿੰਘ ਗੱਲ ਸੁਣ ਕੇ ਜੰਗਲ ਦੀ ਅੱਗ ਦੀ ਤਰ੍ਹਾਂ ਹੇ ਇਉਂ ਭੜਕੇ ਸ਼ਾਮ ਸਿੰਘ ਨੇ ਆਖਿਆ ਖਾਲਸਾ ਜੀ ਅਸੀਂ ਵੱਲ ਜਲੰਧਰ ਦੇ ਜਾਵਾਂਗੇ ਹੁਣ ਛੋਟੇ ਵੀਰ ਦੀ ਲਵਾਂਗੇ ਖਬਰ ਜਾ ਕੇ ਖੱਬੀ ਖਾਨ ਨਾਲ ਹੱਥ ਮਲਾਵਾਂਗੇ ਹੁਣ ਸਿੰਘਾਂ ਚਾੜ ਲੈ ਵੱਟ ਮਸ਼ਹਿਰਿਆਂ ਨੂੰ ਕਹਿੰਦੇ ਸੱਜਰੇ ਲੇਖ ਲਿਖਾ ਦਿਆਂਗੇ ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰ ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ ਸ਼ਾਮ ਸਿੰਘ ਨੇ ਆਖਿਆ ਖਾਲਸਾ ਜੀ ਅਸੀਂ ਵੱਲ ਜਲੰਧਰ ਦੇ ਜਾਵਾਂਗੇ ਹੁਣ ਛੋਟੇ ਵੀਰ ਦੀ ਲਵਾਂਗੇ ਖਬਰ ਜਾ ਕੇ ਖੱਬੀ ਖਾਨ ਨਾਲ ਹੱਥ ਮਲਾਵਾਂਗੇ ਹੁਣ ਸਿੰਘਾਂ ਚਾੜ ਲੈ ਵੱਟ ਮਸ਼ਹਿਰਿਆਂ ਨੂੰ ਕਹਿੰਦੇ ਸੱਜਰੇ ਲੇਖ ਲਿਖਾ ਦਿਆਂਗੇ ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰ ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ ਕੈਦ
ਵਿੱਚ ਹੈ ਵੀਰ ਬਲਵੰਤ ਸਾਡਾ, ਨਾਲੇ ਪਾਈ ਸਰੂਸੀ ਨੂੰ ਪਾਈ ਹੋਈ ਹੈ, ਕਹਿੰਦੇ ਸ਼ੇਰ ਨੂੰ ਪਾਇਆ ਹੈ ਪਿੰਜਰੇ 'ਚ, ਹੱਥ ਕੜੀ ਵੀ ਹੱਥਾਂ ਨੂੰ ਲਾਈ ਹੋਈ ਹੈ। ਕਹਿੰਦੇ ਖਾਨ ਨੇ ਜੁੰਮੇ ਦਾ ਦਿਨ ਮਿਥਿਆ, ਪਹਿਲਾਂ ਈਦ ਤੋਂ ਚੰਦ ਵਿਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ। ਦੇਗਾਂ ਰਗੜੀਆਂ ਗਾੜੀਆਂ ਪਲਾਂ ਅੰਦਰ, ਦੇਗਾਂ ਰਗੜੀਆਂ ਗਾੜੀਆਂ ਪਲਾਂ ਅੰਦਰ, ਸਿੰਘ ਛੱਕ ਛਕਾ ਕੇ ਤਿਆਰ ਹੋ ਗਏ, ਤੇਗਾਂ ਤਿੱਖੀਆਂ ਬਣਦੇ ਨੇ ਵੈਰੀਆਂ ਲਈ, ਸੱਚੇ ਬੰਦਿਆਂ ਪਿੱਛੇ ਪਿਆਰ ਹੋ ਗਏ। ਓਏ ਅਸੀਂ ਪੱਟ ਨਹੀਂ ਚੀਰਨੇ ਸੋਹਣੀਆਂ ਲਈ, ਸੱਚੀ ਚੂਰੀ ਦਾ ਸਵਾਦ ਚਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ। ਪੰਜਾ ਸ਼ੇਰ ਨੂੰ ਬਿੱਲੇ ਨੇ ਪਾਇਆ ਜਾਪੇ, ਆਈ ਮੌਤ ਕਪਾਤ ਸਹੇੜ ਬੈਠਾ, ਉਹਦੇ ਅੱਲਾ ਨੇ ਲਿਖੇ ਨੇ ਲੇਖ ਜਿਹੜੇ, ਲੇਖਾ ਜਾਪਦਾ ਸਾਰਾ ਨਬੇੜ ਬੈਠਾ। ਸਾਡੇ ਧਰਮ ਦੀ ਚੁੱਕੀ ਹੈ ਅਣਖ ਜਿਸਨੇ, ਉਹਨੂੰ ਦੂਜੇ ਜਹਾਰ ਪਹੁੰਚਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ। ਗੁਰੂ ਗ੍ਰੰਥ ਦੀ ਤਾਬਿਆ ਖੜੇ ਹੋ ਕੇ, ਇੱਕ ਮਨ ਅਰਦਾਸ ਨੂੰ ਕਰਨ ਲੱਗੇ, ਸਾਨੂੰ ਸੱਚਿਆ ਪਾਤਸ਼ਾਹ ਪਾਸ ਕਰਦੇ, ਕਦਮ ਤੇਰੇ ਸਕੂਲ ਹਾਂ ਧਰਨ ਲੱਗੇ। ਅੱਗੇ ਅਣਖ ਦੀ ਪੈ ਗਈ ਹੈ ਮਦਮ ਦਿਸਦੀ, ਅਸੀਂ ਜੀਵਨ ਚੰਗਿਆਲੀ ਪਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ। ਮੱਥਾ ਸਾਡੇ ਨਾ ਲਾ ਕੇ ਖੱਟਣਾ ਕੀ, ਮੱਥਾ ਸਾਡੇ ਨਾ ਲਾ ਕੇ ਖੱਟਣਾ ਕੀ, ਅਸੀਂ ਤਲੀ ਤੇ ਸੀਸ ਟਕਾਉਣ ਵਾਲੇ, ਪਲ ਖੱਟਦੇ ਹਾਂ ਅਸੀਂ ਕੰਮ ਕਰਕੇ, ਐਵੇਂ ਫੋਕੇ ਨਹੀਂ ਪੱਟ ਘਟਾਉਣ ਵਾਲੇ। ਸਾਡੀ ਤੇਗ ਚੰਡੀ ਦੀ ਪੈਣ ਵੱਡੀ, ਨਾਲ ਮੌਤ ਦੇ ਹਾਣ ਮਚਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ। ਛੱਡੇ ਪੰਜ ਜੈਕਾਰੇ ਤੇ ਤੁਰੇ ਫੌਜੀ, ਜਾਵੇ ਖਾਲਸੇ ਦੀ ਜੈ ਜੈਕਾਰ ਹੁੰਦੀ, ਬਾਂਕੇ ਘੋੜੇ ਸ਼ਿੰਗਾਰੇ ਨਿਹੰਗ ਸਿੰਘਾਂ, ਕੌਮੀ ਕਰਜ਼ ਸਰੀਰ ਤੇ ਭਾਰ ਹੁੰਦੀ। ਉਹ ਜਿੰਨਾ ਚਿਰ ਨਾ ਪਾਜੀਆਂ ਮੋੜ ਲਈਏ, ਜਿੰਦ ਕੌਮ ਅੱਗੇ ਗਹਿਣੇ ਪਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ। ਬੱਲੇ ਦੇਗਾਂ ਦਾ ਇੰਨਾ ਆਨੰਦ ਆਇਆ, ਸਿੱਧਾਂ ਸੋਧ ਕੇ ਜਦੋਂ ਸੱਚਾਈ ਤੁਰ ਪਈ, ਜਾਣੋ ਕੌਮ ਤੁਰ ਪਈ ਮੰਜ਼ਲ ਵੱਲ ਸਿੱਧੀ, ਪਿੜ ਛੱਡ ਕੇ ਦਿਸੇ ਬੁਰਾਈ ਤੁਰ ਪਈ। ਭੁੱਲ ਜਾਣਗੇ ਸਾਰੇ ਸਵਾਦ ਪਿਛਲੇ, ਜੋਗੀ ਇਹੋ ਜਿਹਾ ਭਾਜਾ ਛਕਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ। ਸਿੰਘਾਂ ਦੇ ਬਹੁਤੇ ਲਫਜ਼ ਵੀ ਆਪਣੇ ਨੇ, ਇਹਨਾਂ ਦੀ ਡਿਕਸ਼ਨਰੀ ਆਪਣੀ ਹੈ। ਇਹ ਬੋਲੇ ਨੂੰ ਕਹਿੰਦੇ ਚੁਬਾਰੇ ਚੜ੍ਹਿਆ, ਇਹ ਅੰਨੇ ਨੂੰ ਆਉਂਦੇ ਸੂਰਮਾ ਸੋਆ, ਇਹ ਕਾਣੇ ਨੂੰ ਆਉਂਦੇ ਲੱਖ ਨੇਤਰਾ ਸੋਆ, ਇਹ ਲੰਗੇ ਨੂੰ ਆਉਂਦੇ ਸੁਚਾਲਾ, ਇਹ ਗੱਡੀ ਨੂੰ ਆਉਂਦੇ ਆ ਭੂਤਨੀ। ਇਹ ਬਹੁਤ ਕੁਛ ਆਪਣੇ ਨਾਂ ਰੱਖਦੇ ਨੇ। ਆਪੋ ਆਪਣੀ ਬੋਲੀ 'ਚ ਇਹਨਾਂ ਤਿਆਰੀ ਦਾ ਹੁਕਮ ਦਿੱਤਾ। ਸਿੰਘਾਂ ਦੀ ਤਿਆਰੀ ਕਿਵੇਂ ਹੋਈ, ਸਿੰਘ ਤਿਆਰ ਕਿਵੇਂ ਹੋਏ, ਉਸ ਵੇਲੇ ਦਾ ਸੀਨ ਮੇਰੇ ਸਾਥੀ ਗੁਰਮੁਖ ਸਿੰਘ ਐਮ ਏ, ਨਰਿੰਦਰ ਸਿੰਘ ਰੂਪੋਵਾਲੀਆ ਅਤੇ ਰਣਜੀਤ ਸਿੰਘ ਰਾਜੂ ਚੀਮਿਆਂ ਵਾਲਾ ਐਉਂ ਬਿਆਨ ਕਰ ਰਹੇ ਨੇ, ਸੁਣੀਏ। ਜਦ ਸਿੰਘਾਂ ਬਲਵੰਤ ਦੀ ਸੁਣ ਲਈ ਕਹਾਣੀ, ਨਿਕਲਣ ਲੱਗ ਪਈ ਅਣਖ ਦੀ ਅੱਗ ਅੱਖਾਂ ਥਾਣੀ। ਕੌਮੀ ਨੁਸਖਾ ਬਣ ਗਿਆ ਕੱਢ ਦਿਓ ਬਿਮਾਰੀ, ਮਰਦ ਬਹਾਦਰ ਅਣਖੀਆਂ ਕਰ ਲਈ ਤਿਆਰੀ। ਜਦ ਸਿੰਘਾਂ ਬਲਵੰਤ ਦੀ ਸੁਣ ਲਈ ਕਹਾਣੀ, ਨਿਕਲਣ ਲੱਗ ਪਈ ਅਣਖ ਦੀ ਅੱਗ ਅੱਖਾਂ ਥਾਣੀ। ਕੌਮੀ ਨੁਸਖਾ ਬਣ ਗਿਆ ਕੱਢ ਦਿਓ ਬਿਮਾਰੀ, ਮਰਦ ਬਹਾਦਰ ਅਣਖੀਆਂ ਕਰ ਲਈ ਤਿਆਰੀ। ਮਿੰਟਾਂ ਅੰਦਰ ਕੱਸ ਲੈ
ਕੱਸ ਲੈ ਸਿੰਘਾਂ ਨੇ ਖੋੜੇ, ਪਲ ਦੇ ਅੰਦਰ ਮਾਂਝ ਲੈ ਸਭ ਚੱਕਰ ਤੋੜੇ। ਕਈ ਸ਼ਿੰਗਾਰੇ ਰਾਕੀਆਂ ਰੇ ਚਾਰ ਨਿਹਾਰੀ, ਮਰਦ ਬਹਾਦਰ ਅਣਖੀਆਂ ਕਰ ਲਈ ਤਿਆਰੀ। ਪਰੇ ਤੀਰਾਂ ਦੇ ਪੈਨ ਲੈ ਪੈਨ ਲੈ ਸਿੰਘਾਂ ਨੇ ਪੱਥੇ, ਜੋਰੇ ਜਬਰ ਪਹਾੜ ਨਾਲ ਨਿਤ ਲਾਉਂਦੇ ਮੱਥੇ। ਹੋਲੇ ਦਿਲ ਦੇ ਬੰਦੇ ਨਾਲ ਨਹੀਂ ਲਾਉਂਦੇ ਯਾਰੀ, ਮਰਦ ਬਹਾਦਰ ਅਣਖੀਆਂ ਕਰ ਲਈ ਤਿਆਰੀ। ਲੱਖ ਨਾਲ ਇੱਕ ਲੜਾ ਗਿਆ ਦਸਮੇਸ਼ ਪਿਆਰਾ, ਦੁਨੀਆ ਨਾਲੋਂ ਉਸ ਦਾ ਇਤਿਹਾਸ ਨਿਆਰਾ। ਜਿਉਂਦੀ ਜਾਨੇ ਕਰਨ ਨਾ ਏ ਸੋਜ ਨਕਾਰੀ, ਮਰਦ ਬਹਾਦਰ ਅਣਖੀਆਂ ਕਰ ਲਈ ਤਿਆਰੀ। ਸੂਰੇ ਚੜ੍ਹ ਨਿਪੁਰੇ ਨਿਪੁਰੇ ਹਾਂ ਨਿਪੁਰੇ, ਜੋ ਮਿਤਣ ਨਿਸ਼ਾਨਾ, ਮੌਤ ਵੀ ਸਾਵੇਂ ਵੇਖ ਕੇ ਨਾ ਕਰਨ ਬਹਾਨਾ। ਕੌਮ ਜੋ ਮਰਨਾ ਜਾਣ ਦੀਰਣ ਜਦੇ ਨਿਹਾਰੀ, ਮਰਦ ਬਹਾਦਰ ਅਣਖੀਆਂ ਕਰ ਲਈ ਤਿਆਰੀ। ਕਲਗੀ ਤਰਦੇ ਸਿੰਘ ਦਾ ਸਿੰਘ ਦਾ ਸਿਰ ਚੁੱਕ ਨਾ ਸਕੇ, ਜਦ ਵੀ ਕੀਤੇ ਸਿੰਘਾਂ ਨੇ ਕੰਮ ਕੀਤੇ ਪੱਕੇ। ਜਿਹੜੀ ਵੈਰੀ ਰੋਕ ਲਏ ਉਹ ਤੇਗ ਨੀ ਮਾਰੀ, ਮਰਦ ਬਹਾਦਰ ਅਣਖੀਆਂ ਕਰ ਲਈ ਤਿਆਰੀ। ਵੈਰੀ ਕੋਲੋਂ ਸਿੰਘਾਂ ਦਾ ਨਹੀਂ ਰੁਕਣਾ ਹੱਲਾ, ਮੌਕੇ ਤੇ ਸਿੰਘ ਪੁੱਜ ਕੇ ਕਰ ਦੇਣ ਤਸੱਲਾ। ਦਿਸਦਾ ਜਾਣਾ ਮਾਰਿਆ ਜਿਨ ਅਣਖ ਵੰਗਾਰੀ, ਮਰਦ ਬਹਾਦਰ ਅਣਖੀਆਂ ਕਰ ਲਈ ਤਿਆਰੀ। ਦੇਸ਼ ਵਾਸਤੇ ਜਿਨ੍ਹਾਂ ਨੇ ਵਾਰੀ ਜ਼ਿੰਦਗਾਨੀ, ਜੁੱਗਾਂ ਤੀਕਰ ਉਹਨਾਂ ਦੀ ਜਗ ਰਹੂ ਨਿਸ਼ਾਨੀ। ਜੋਗੀ ਉਹਦੀ ਬਹਾਦਰੀ ਲਿਖ ਦੇਣ ਲਖਾਰੀ, ਮਰਦ ਬਹਾਦਰ ਅਣਖੀਆਂ ਕਰ ਲਈ ਤਿਆਰੀ। ਸਿੰਘ ਤਿਆਰੀ ਕਰ ਰਹੇ ਨੇ। ਮੈਨੂੰ ਇੱਕ ਗੱਲ ਯਾਦ ਆ ਗਈ, ਮੇਰਾ ਇੱਕ ਯਾਰ ਹੈ ਮਾਝੇ ਵਿੱਚ, ਉਹਦਾ ਨਾਮ ਹੈ ਗੁਰਦਿਆਲ ਸਿੰਘ ਭਲਵਾਨ, ਉਹਦਾ ਪਿੰਡ ਹੈ ਰਾਜੋ ਕੇ। ਹਰਦਿਆਲ ਸਿੰਘ ਕਹਿਣ ਲੱਗਾ, ਜੋਗੀ ਹੁਣ ਰਿਕਾਰਡਿੰਗ ਕਰਨ ਕਦੋਂ ਜਾਣਾ? ਮੈਂ ਕਿਹਾ ਜੀ ਜਦੋਂ ਸੱਦਾ ਆ ਗਿਆ ਪਹਿਲਵਾਨ ਜੀ ਉਦੋਂ ਚਲੇ ਜਾਣਾ। ਕਹਿੰਦਾ ਇੱਕ ਗੱਲ ਮੇਰੀ ਯਾਦ ਰੱਖੀ ਮਿੱਤਰਾ। ਮੈਂ ਕਿਹਾ ਦੱਸੋ, ਹੁਕਮ ਕਰੋ ਵੀਰ ਜੀ। ਯਾਰਾਂ ਦਾ ਹੁਕਮ ਯਾਰ ਮੰਨਦੇ ਨੇ। ਕਹਿੰਦਾ ਸਿੰਘਾਂ ਵਾਲਾ ਜੰਕਾਰਾ ਹਰ ਪ੍ਰਸੰਗ ਵਿੱਚ ਛੱਡਿਆ ਕਰੋ, ਜਿਹੜਾ ਉਸ ਵੇਲੇ ਪੁਰਾਤਨ ਸਿੰਘ ਜੰਕਾਰਾ ਛੱਡਦੇ ਸਨ। ਸੋ ਬੇਨਤੀ ਹੈ ਕਿ ਜੋ ਸਿੰਘ ਜੰਕਾਰਾ ਛੱਡਦੇ ਸਨ ਉਸ ਵੇਲੇ ਤਿਆਰੀ ਵੇਲੇ, ਉਹ ਜੰਕਾਰਾ ਮੇਰੇ ਸਾਥੀ ਗੁਰਮੁਖ ਸਿੰਘ ਐਮਏ ਅਤੇ ਨਾਲ ਜੋੜੀ ਕਹਿ ਰਹੀ ਆ, ਜਰਾ ਲਫ਼ਜ਼ ਸੁਣਨ ਦੀ ਕਿਰਪਾ ਕਰਨੀ। ਇਹ ਜੰਕਾਰੇ ਦਾ ਆਦਰਸ਼ ਕਿੱਡਾ ਉੱਚਾ ਹੈ ਜੋ ਖਾਲਸੇ ਨੇ ਉਲੀਕਿਆ। ਖੁਸ਼ੀਆਂ ਦੇ ਜਕਾਰੇ ਗਾਵੇ ਨਾਲ ਹੋ ਜਾਵੇ, ਸਤਿ ਸ੍ਰੀ ਅਕਾਲ। ਚਿੱਟੀਆਂ ਬਾਜਾਂ ਵਾਲਿਓ ਸਤਿਗੁਰੋ, ਰੱਖ ਲਿਓ ਬਿਰਧ ਬਾਣੇ ਦੀ ਲਾਜ। ਜਿੱਤੋ ਗੁਰਦੋ ਸ਼ਹੀਦੋ ਸਿੰਘੋ, ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ, ਸਤਿ ਸ੍ਰੀ ਅਕਾਲ। ਦੇਖ ਤੇ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਖਾਲਸੇ ਦਾ ਪਹਿਲਾ ਜੰਕਾਰਾ, ਇਹ ਹੈ ਸਿੱਖੀ ਜੰਕਾਰਾ। ਇਹ ਜੰਕਾਰਾ ਛੱਡ ਕੇ ਕਾਨੂੰ ਆਣ ਦੇ ਸ਼ੰਭ 'ਚੋਂ ਸੂਰਮੇ ਤਿਆਰ ਹੋਏ ਸੂਰਮੇ ਮਾਰੋ ਮਾਰ ਕਰਦੇ ਜਾ ਰਹੇ ਨੇ। ਇੱਧਰ ਜਲੰਧਰ ਦੀ ਮਸੀਤ ਵਿੱਚ ਇਹਨਾਂ ਖਾਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਲੂਣ ਦੀ ਬੋਰੀ ਤੋਂ ਭਾਰਾ ਮੌਲਵੀ ਜਿਸਨੇ ਨਿਕਾਹ ਕਰਨਾ, ਜਿਹੜਾ ਸੱਦਿਆ ਗਿਆ ਦਿੱਲੀ ਤੋਂ, ਇਹ ਮਸਾਂ ਚਹੁੰ ਜਾਣਿਆਂ ਨੇ ਚੁੱਕ ਕੇ ਲਿਆਂਦਾ ਹੈ। ਮਸੀਤ ਵਿੱਚ ਇਕੱਠ ਹੋ ਗਿਆ, ਗੱਲਬਾਤ ਹੋ ਰਹੀ ਸੀ। ਬਲਵੰਤ ਸਿੰਘ ਨੂੰ ਕਾਜੀ ਨੇ ਆਖਿਆ, ਓਏ ਬਲਵੰਤ ਸਿੰਘ ਆ, ਜੇ ਦੀਨ ਮੰਨ ਲੈ ਤਾਂ ਕੀ ਵਿਗੜਦਾ ਹੈ, ਕਿ ਸ਼ਹਿਰਾ ਲਾ ਕੇ ਤਹਿਮਤ ਬਣ ਲਾ, ਕੋਈ ਫਰਕ ਨਹੀਂ ਪੈਣ ਲੱਗਾ। ਬਲਵੰਤ ਸਿੰਘ ਨੇ ਆਖਿਆ, ਓਏ ਕਾਜੀਆ ਪਾਜੀਆ ਕੀ ਬਕਦਾ ਹੈ, ਸਿੰਘ ਵੱਢਿਆ 'ਤੇ ਜਾ ਸਕਦਾ ਹੈ, ਸਿੰਘ ਕੱਟਿਆ 'ਤੇ ਜਾ ਸਕਦਾ ਹੈ, ਇਹ ਲੱਤਾਂ ਵੱਡੀਆਂ 'ਤੇ ਜਾ ਸਕਦੀਆਂ ਨੇ, ਪਰ ਜਿਉਂਦੇ ਜੀ ਇੱਕ ਸ਼ਹਿਰੇ ਨੂੰ ਕੋਈ ਲਾਹ ਨਹੀਂ ਸਕਦਾ। ਸੁੰਦਰੀ ਨੂੰ ਕਿਹਾ, ਸੁੰਦਰੀ ਤੂੰ ਨਿਕਾਹ ਕਰਾ ਲੈ,
ਇਸ ਖਾਨ ਵਰਗਾ ਹੋਰ ਕੋਈ ਨਿੰਗਰ ਨਹੀਂ ਲੱਭਣਾ, ਇਹੋ ਜਿਹਾ ਕੌਣ ਲੱਭੇਗਾ ਜਿਹੜਾ ਤੈਨੂੰ ਵਰ ਲੱਭੇਗਾ। ਸੁਣ ਕੇ ਗੱਲ ਸੁੰਦਰੀ ਨੇ ਆਖਿਆ, ਕਾਜੀਆ ਪਾਜੀਆ ਕੀ ਬਕਦਾ ਹੈ। ਗੱਲਾਂ ਬਾਤਾਂ ਹੋ ਰਹੀਆਂ ਸੀ, ਕਾਜੀ ਦੇ ਕੰਨਾਂ ਵਿੱਚ ਕੋਈ ਗੱਲ ਸੁਣੀ। ਇਹਨੇ ਆਖਿਆ, ਖਾਨ ਜੀ ਮੈਨੂੰ ਇਸ ਬਾਜ਼ਾਰ ਵਿੱਚ ਸਿੰਘ ਆਉਂਦੇ ਨਜ਼ਰ ਆਉਂਦੇ ਨੇ। ਉਹ ਕਹਿੰਦਾ, ਪਾਗਲਾ ਰਾਜ ਸਾਡਾ, ਸਭ ਕੁਝ ਸਾਡਾ, ਸਰਕਾਰ ਸਾਡੀ, ਇੱਥੇ ਸਿੰਘ ਕਿਵੇਂ ਆ ਸਕਦੇ ਸਨ। ਗੱਲਬਾਤ ਹੋ ਰਹੀ ਸੀ ਜਦੋਂ ਮਸੀਤ ਦੇ ਦਰਵਾਜ਼ੇ ਅੱਗੇ ਆ ਕੇ ਛੱਡ ਕੇ ਜੰਕਾਰਾ ਸਿੰਘਾਂ ਨੇ ਇਹ ਕੁਰਬਾਨੀ ਦੇ ਬੱਕਰੇ ਜਿਵੇਂ ਮਿਣ ਮਿਣ ਕੇ ਵੱਢੇ। ਉਸ ਵੇਲੇ ਦਾ ਸੀਨ ਮੇਰੇ ਸਾਥੀ ਐਂ ਬਿਆਨ ਕਰ ਰਹੇ ਨੇ ਜੀ, ਸੁਣੀਏ। ਜਦੋਂ ਵਿੱਚ ਮਸੀਤ ਹਜੂਮ ਜੁੜਿਆ ਸਿੰਘ ਸਾਹਿਬ ਨੂੰ ਦੀਨ ਮਾਨੋਂ ਬਦਲੇ ਦਲ ਸਿੰਘਾਂ ਦਾ ਪੁੱਜ ਗਿਆ ਆਣ ਉੱਤੇ ਭੈਣ ਭਾਈ ਨੂੰ ਕੈਦੋਂ ਛਡਾਉਣ ਬਦਲੇ ਸਤਿ ਸ੍ਰੀ ਅਕਾਲ ਗੁਜਰਾ ਕੇ ਦੇ ਸਿੰਘ ਸੂਰਮੇ ਤੇ ਗਾ ਚਲਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ ਜਦੋਂ ਵਿੱਚ ਮਸੀਤ ਹਜੂਮ ਜੁੜਿਆ ਸਿੰਘ ਸਾਹਿਬ ਨੂੰ ਦੀਨ ਮਨਾਉਣ ਬਦਲੇ ਦਲ ਸਿੰਘਾਂ ਦਾ ਪੁੱਜ ਗਿਆ ਆਣ ਉੱਤੇ ਭੈਣ ਭਾਈ ਨੂੰ ਕੈਦੋਂ ਛਡਾਉਣ ਬਦਲੇ ਸਤਿ ਸ੍ਰੀ ਅਕਾਲ ਗੁਜਾ ਕੇ ਤੇ ਸਿੰਘ ਸੂਰਮੇ ਤੇ ਗਾ ਚਲਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ ਜਦੋਂ ਲੱਗੇ ਨਕਾ ਦੀ ਗੱਲ ਕਰਨੇ ਉਦੋਂ ਖਾਲਸੇ ਨੇ ਦਰਸ਼ਨ ਆਣ ਦਿੱਤੇ ਜਿਹੜੇ ਆਏ ਤਮਾਸ਼ੇ ਦੇ ਵੇਖਣੇ ਨੂੰ ਉਹ ਵੀ ਸਿੰਘਾਂ ਨੇ ਸੁੱਕੇ ਨਾ ਜਾਣ ਦਿੱਤੇ ਸਾਨੂੰ ਵਾਸਤੇ ਅੱਲਾ ਦੇ ਮਾਰਿਓ ਨਾ ਬਹੁਤੇ ਦੀਨ ਦੇ ਵਾਸਤੇ ਪਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ ਜਿਹੜਾ ਦਿੱਲੀ ਤੋਂ ਆਇਆ ਚੰਡਾਲ ਕਾਜੀ ਜਿਹੜਾ ਦਿੱਲੀ ਤੋਂ ਆਇਆ ਚੰਡਾਲ ਕਾਜੀ ਉਹ ਤੇਗ ਮਾਰ ਕੇ ਸਿੰਘਾਂ ਨੇ ਵੱਢ ਦਿੱਤਾ ਜਿਹਨੂੰ ਚੁੱਕ ਕੇ ਲਿਆਂਦਾ ਸੀ ਪੰਡਤਾਂ ਨੇ ਉਹਦਾ ਸਿਰ ਜ਼ਮੀਰ ਵਿੱਚ ਗੱਡ ਦਿੱਤਾ ਜਿਹੜੇ ਆਏ ਸੀ ਸ਼ਕਣ ਛਕਾਉਣ ਵਾਲੇ ਮੂਹਰੇ ਸਿੰਘਾਂ ਦੇ ਨੱਕ ਕਸਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ ਕੈਦ ਵਿੱਚੋਂ ਛੁਡਾ ਕੇ ਸੁੰਦਰੀ ਨੂੰ ਜਦੋਂ ਪਿਛਾਂ ਦੇ ਵੱਲ ਨੂੰ ਤੁਰਨ ਲੱਗੇ ਕੁਝ ਸ਼ਹਿਰ ਦੀ ਵੀ ਲੁੱਟ ਮਾਰ ਕਰੀਏ ਜਥੇਦਾਰ ਜੀ ਨੂੰ ਪੁਰਨੇ ਫੁਰਨ ਲੱਗੇ ਦੋਵੇਂ ਭੈਣ ਪਰਾਇਆ ਯਾਦ ਕੀਤੇ ਜੋਗੀ ਸਿੱਖੀ ਦੀ ਸ਼ਾਨ ਚਮਕਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ ਜਿਹੜਾ ਕਾਬੂ ਆਇਆ ਉਹ ਸਿੰਘਾਂ ਨੇ ਝਟਕਾ ਦਿੱਤਾ ਜਿਹੜਾ ਨੱਸ ਕੇ ਬਚ ਗਿਆ ਉਹ ਬਚ ਗਿਆ ਸਾਖੀ ਵਿੱਚ ਆਉਂਦਾ ਇਤਿਹਾਸ ਵਿੱਚ ਆਉਂਦਾ ਇਹ ਖਾਨ ਜਿਹਦਾ ਸਾਰਾ ਕਸੂਰ ਹੈ ਜਿਹੜਾ ਦੋਸ਼ੀ ਹੈ ਇੱਥੋਂ ਕਿਸੇ ਢੰਗ ਨਾਲ ਸਿੰਘਾਂ ਤੋਂ ਬਚ ਕੇ ਨਿਕਲ ਗਿਆ ਭੈਣ ਅਤੇ ਭਰਾ ਦੀਆਂ ਮੁਸ਼ਕਾਂ ਖੋਲ੍ਹ ਕੇ ਸਿੰਘਾਂ ਨੇ ਆਜ਼ਾਦ ਕਰਾ ਕੇ ਭੈਣ ਅਤੇ ਭਾਈ ਨੂੰ ਇੱਥੋਂ ਚਾਲੇ ਪਾਏ ਨੇ ਇਹ ਕਾਨੂੰ ਵਣ ਦੇ ਸ਼ੰਭ ਵਿੱਚ ਆ ਕੇ ਪਹੁੰਚ ਗਏ ਨੇ ਸੁਰੂਸੀ 'ਤੇ ਬੇਨਤੀ ਕਰਨ ਉੱਤੇ ਅੰਮ੍ਰਿਤ ਦੀ ਦੇਗ ਤਿਆਰ ਹੋਈ ਛਕਾ ਕੇ ਸੁੰਦਰੀ ਨੂੰ ਅਤੇ ਇਹਦੇ ਪਤੀ ਦੋਵਾਂ ਨੂੰ ਬੁਲਾ ਲਿਆ ਜਾਏਗਾ ਇੱਥੇ ਪਤੀ ਨੂੰ ਵੀ ਸੁੰਦਰੀ ਨੂੰ ਅੰਮ੍ਰਿਤ ਛਕਾ ਕੇ ਸੁੰਦਰ ਕੌਰ ਨਾਂ ਰੱਖ ਦਿੱਤਾ ਹੈ ਸਾਰੀ ਉਮਰ ਇਹ ਸਿੱਖੀ ਦੀ ਸੇਵਾ ਕਰਕੇ ਸ਼ਹੀਦ ਹੋਈ ਹੈ ਇੰਨੀ ਹੈ ਕਹਾਣੀ ਅੰਮ੍ਰਿਤਧਾਰੀ ਬਹਾਦਰ ਬੀਬੀ ਸੁੰਦਰੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ